वाहिगुरु जी का खालसा, वाहिगुरु जी की फतेह। तुसी देख रहे हो सिंघनाथ टीवी ते मैं सुखविंदर कौर तुहाडी होस्ट अज दा प्रोग्राम लैके हाजिर हाँ। अज साडे नाल मुख मेहमान ने डॉक्टर हरशिंदर कौर, जिन्हां नाल असी लड़ी शुरू कीती सीगी कि सिख बीबियां जिहड़ियां बहादुर बीबियां जिन्हां दा जिक्र किते भी नहीं आंदा, या सिख धर्म दे विच ਨੂੰ ਅੱਗੇ ਵਧਾਉਣ ਦੇ ਲਈ ਜਿੰਨੀਆਂ ਵੀ ਸ਼ਖਸੀਅਤਾਂ ਨੇ ਯੋਗਦਾਨ ਪਾਇਆ, ਉਹਨਾਂ ਦੇ ਪਿੱਛੇ ਕਿਹੜੀਆਂ ਮਾਤਾਵਾਂ ਭੈਣਾਂ ਸਨ, ਉਹਨਾਂ ਦੇ ਬਾਰੇ ਜਾਂ ਸਿੱਖੀ ਦੇ ਨਾਲ ਜੂਝਦੇ ਵੀਰਾਂ ਦੇ ਦੀਆਂ ਭੈਣਾਂ ਮਾਵਾਂ ਦੇ ਬਾਰੇ ਜ਼ਿਕਰ ਬਹੁਤ ਘੱਟ ਹੁੰਦਾ ਹੈ। ਉਹਨਾਂ ਦੇ ਉੱਤੇ ਕੰਮ ਕੀਤਾ ਡਾਕਟਰ ਹਰਸ਼ਿੰਦਰ ਕੌਰ ਹੋਣਾ ਨੇ, ਉਹਨਾਂ ਨੇ ਪਰਸਨਲੀ ਆਪ ਜਾ ਕੇ ਵੱਖ ਵੱਖ ਥਾਵਾਂ ਤੋਂ ਜਾਣਕਾਰੀ ਇਕੱਠੀ ਕੀਤੀ ਤੇ ਉਹ ਸਾਡੇ ਨਾਲ ਸਾਂਝੀ ਕਰ ਰਹੇ ਨੇ। ਸਾਡੇ ਦਰਸ਼ਕਾਂ ਦੇ ਤੱਕ ਉਹ ਜਾਣਕਾਰੀ, ਉਹ ਅਹਿਮ ਜਾਣਕਾਰੀ ਜਿਹਨਾਂ ਬਾਰੇ ਲੋਕਾਂ ਨੂੰ ਪਤਾ ਨਹੀਂ ਹੈ, ਉਹ ਜਾਣਕਾਰੀ ਉਹਨਾਂ ਨੂੰ ਦੇ ਰਹੇ ਨੇ। ਤੇ ਅਸੀਂ ਪਹਿਲਾਂ ਵੀ ਬਹਾਦਰ ਬੀਬੀਆਂ ਦਾ ਜ਼ਿਕਰ ਕਰ ਚੁੱਕੇ ਸੀ ਤੇ ਅੱਜ ਅਸੀਂ ਜਿਹੜੀ ਸ਼ਖਸੀਅਤ ਦਾ ਜ਼ਿਕਰ ਕਰਨਾ ਹੈ, ਉਹ ਬਹੁਤ ਹੀ ਮਹਾਨ ਸ਼ਖਸੀਅਤ, ਬਾਬਾ ਨਾਨਕ ਦੀ ਵਾਈਫ, ਬਾਬਾ ਨਾਨਕ ਦੀ ਪਤਨੀ ਮਾਤਾ ਸੁਲੱਖਣੀ ਜੀ ਬਾਰੇ ਅਸੀਂ ਗੱਲ ਕਰਨੀ ਹੈ। ਆਓ ਸਭ ਤੋਂ ਪਹਿਲਾਂ ਅਸੀਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਜਿੰਨੇ ਵੀ ਤੁਹਾਡੇ ਰਾਹੀਂ ਸੁਣ ਰਹੇ ਨੇ ਸਾਰਿਆਂ ਨੂੰ ਬਹੁਤ ਨਿੱਘੀ ਫਤਿਹ। ਹਾਂਜੀ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪ੍ਰੋਗਰਾਮ ਦੀ ਅਸੀਂ ਮਿਸ਼ਨ ਸਟੇਟਮੈਂਟ ਸਾਂਝੀ ਕਰ ਲੈਂਦੇ ਹਾਂ। ਪੈ ਕਾਹੂ ਕੋ ਦੀਤ ਨਹਿ ਪੈਮਾਨ ਹੈ ਤਨ, ਸਾਡੇ ਸਾਰੇ ਪ੍ਰੋਗਰਾਮ ਇਸੇ ਮਿਸ਼ਨ ਦੇ ਆਧਾਰ ਤੇ ਚੱਲਦੇ ਨੇ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ, ਅਸੀਂ ਗੱਲਬਾਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਡਾਕਟਰ ਸਾਹਿਬ ਦਾ ਕਿੰਨੇ ਮਹੀਨੇ ਮੀਡੀਆ ਤੋਂ ਜਿਹੜੀ ਦੂਰੀ ਬਣੀ ਰਹੀ ਹੈ, ਇਹ ਨਜ਼ਰ ਨਹੀਂ ਆਏ ਕਿਸੇ ਵੀ ਚੈਨਲ ਦੇ ਉੱਤੇ, ਕਿਸੇ ਵੀ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਦੇ ਕਾਰਨ ਕੀ ਸੀ ਪਹਿਲਾਂ ਸਾਡੇ ਦਰਸ਼ਕਾਂ ਨੂੰ ਉਹਦੇ ਬਾਰੇ ਜ਼ਰੂਰ ਦੱਸ ਦੇ ਡਾਕਟਰ ਸਾਹਿਬ। ਜੀ ਕਈ ਵਾਰ ਕੁਦਰਤ ਵੱਲੋਂ ਹੀ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ। ਪਹਿਲਾਂ ਮੇਰੀ ਭਰਜਾਈ ਤੁਰ ਗਈ, ਉਹਨਾਂ ਦੇ ਹੋਸਪਿਟਲਸ ਦੇ ਗੇੜੇ ਸਨ, ਫਿਰ ਮੇਰੇ ਚਾਚਾ ਜੀ ਦੇ ਟੱਬਰ ਵਿੱਚੋਂ ਉਹਨਾਂ ਦੇ ਬੇਟੇ, ਉਹਨਾਂ ਦੀ ਨੂੰਹ, ਫਿਰ ਦੋਨੋਂ ਛੋਟੇ ਬੱਚੇ, ਉਹ ਕੋਵਿਡ ਨਾਲ ਤੁਰ ਗਏ। ਫਿਰ ਮੇਰੇ ਚਾਚਾ ਜੀ ਕਰਤਾਰ ਸਿੰਘ ਜੀ, ਜੋ ਕਿ ਮੇਰਾ ਖਿਆਲ ਬਹੁਤਿਆਂ ਨੇ ਖਬਰ ਪੜ੍ਹੀ ਹੋਣੀ ਹੈ, ਉਹਨਾਂ ਨੂੰ ਹੁਣੇ ਹੀ ਪਦਮ ਸ਼੍ਰੀ ਹੋਸਪਿਟਲ ਦੇ ਵਿੱਚ ਹੀ ਦਿੱਤਾ ਗਿਆ ਸੀ, ਉਹ ਤੁਰ ਗਏ। ਫਿਰ ਮੇਰੇ ਆਪਣੇ ਸਹੁਰਾ ਸਾਹਿਬ, ਉਹ ਕੋਵਿਡ ਦੇ ਨਾਲ ਕਾਫੀ ਲੰਬੇ ਜੂਝ ਕੇ ਉਹ ਤੁਰ ਗਏ। ਤੇ ਨਵੇਂ ਵਰੇ ਦੇ ਸ਼ੁਰੂ ਚ ਫਿਰ ਮੇਰੀ ਮਾਸੀ ਜੀ ਵੀ ਤੁਰ ਗਏ। ਸੋ ਇਹ ਲੰਬਾ ਹੀ ਸਮਾਂ, ਇੱਕ ਤਰੀਕੇ ਅਸੀਂ ਹਰ ਹਫ਼ਤੇ ਜਾਂ ਕੀਰਤਪੁਰ ਸਾਹਿਬ ਹੁੰਦੇ ਸਾਂ ਜਾਂ ਭੋਗ ਹੁੰਦਾ ਸੀ, ਜਾਂ ਕੀਰਤਪੁਰ ਸਾਹਿਬ ਹੁੰਦੇ ਸਾਂ ਜਾਂ ਭੋਗ ਹੁੰਦਾ ਸੀ। ਸੋ ਇਹੋ ਜਿਹੇ ਰੁਝੇਵਿਆਂ ਵਿੱਚੋਂ ਲਗਭਗ ਅਸੀਂ ਫਸੇ ਹੀ ਤੁਰਦੇ ਰਹੇ। ਸੋ ਇਸੇ ਕਰਕੇ ਮਜਬੂਰੀ ਸੀ ਕਿ ਸਮਾਂ ਹੀ ਨਹੀਂ ਸੀ ਕਿਸੇ ਹੋਰ ਚੀਜ਼ ਲਈ। ਬਹੁਤ ਦੁੱਖ ਦੀ ਗੱਲ ਹੈ ਡਾਕਟਰ ਸਾਹਿਬ, ਇਹੋ ਜਿਹੇ ਜਿਹੜੇ ਹਾਲਾਤ ਬਣੇ ਹੋਏ ਨੇ ਸਾਰੀ ਦੁਨੀਆ ਦੇ ਵਿੱਚ ਹੀ, ਕੋਵਿਡ ਦੇ ਕਰਕੇ ਪਤਾ ਨੀ ਕੀ ਘਟਨਾਵਾਂ ਵਾਪਰ ਰਹੀਆਂ, ਕਿੰਨਾ ਦਾ ਸਾਥ ਕਿਸ ਵੇਲੇ ਛੁੱਟ ਜਾਣਾ ਹੈ, ਉਦਾਂ ਤੇ ਮਨੁੱਖ ਦੇ ਸਾਵਾਂ ਦਾ ਕੁਛ ਪਤਾ ਨੀ, ਪਰ ਜਿਹੜੀ ਇਹ ਬਿਮਾਰੀ ਜਿਹੜੀ ਸਾਰੀ ਦੁਨੀਆ ਨੂੰ ਨਿਗਲ ਰਹੀ ਹੈ, ਇਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਇਹ ਇੱਕ ਬੜੇ ਦੁੱਖ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ। ਸਾਡੀ ਹਮਦਰਦੀ ਹੈ ਤੁਹਾਡੇ ਨਾਲ ਬਹੁਤ ਬਹੁਤ ਕਿ ਤੁਸੀਂ, ਪਰ ਤੁਸੀਂ ਹਿੰਮਤ ਕਰਕੇ ਫਿਰ ਸਾਡੇ ਨਾਲ ਜੁੜੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਤੁਸੀਂ ਵੀ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਦਾ ਖਿਆਲ ਰੱਖੋ, ਕਿਉਂਕਿ ਤੁਸੀਂ ਆਪ ਡਾਕਟਰ, ਆਪ ਹਮੇਸ਼ਾ ਕੋਵਿਡ ਪੇਸ਼ੈਂਟ ਦੇ ਨਾਲ ਹੋਸਪਿਟਲ ਦੇ ਵਿੱਚ ਉਹਨਾਂ ਦੇ ਨਾਲ ਤੁਸੀਂ ਜੂਝਦੇ ਰਹਿੰਦੇ ਆ, ਤੇ ਤੁਹਾਨੂੰ ਆਪ ਵੀ ਤੁਸੀਂ ਬਹੁਤ ਧਿਆਨ ਰੱਖੋ, ਕਿਉਂਕਿ ਤੁਹਾਡੇ ਵਰਗੀਆਂ ਸ਼ਖਸੀਅਤਾਂ ਦੀ ਕੌਮ ਨੂੰ ਬਹੁਤ ਲੋੜ ਹੈ, ਸਮਾਜ ਨੂੰ ਬਹੁਤ ਲੋੜ ਹੈ। ਹਾਂਜੀ ਡਾਕਟਰ ਸਾਹਿਬ, ਤੁਹਾਡੀ ਜੋ ਸ਼ੁਭ ਇੱਛਾਵਾਂ ਲਗਾਤਾਰ ਪਹੁੰਚਦੀਆਂ ਰਹੀਆਂ, ਉਹਦੇ ਲਈ ਮੇਰਾ ਖਿਆਲ ਹੈ ਉਹ ਇੱਕ ਜੋ ਮਨੋਬਲ ਸਾਡਾ ਉਤਾਂਹ ਚੁੱਕ ਦਿੰਦੀਆਂ ਨੇ, ਉਸ ਲਈ ਇਹ ਬਹੁਤ ਜ਼ਰੂਰੀ ਹੁੰਦਾ ਹੈ। ਸੋ ਅਸੀਂ ਸ਼ੁਰੂ ਕਰੀਏ ਅੱਜ ਦੀ ਗੱਲਬਾਤ ਦਾ ਸਿਲਸਿਲਾ। ਮਾਤਾ ਸੁਲੱਖਣੀ ਜੀ, ਬਹੁਤ ਮੈਂ ਨਾ ਆਲੇ ਦੁਆਲੇ ਬੜੇ ਲੋਕਾਂ ਨੂੰ ਮਿਲੀ ਹਾਂ, ਜਿਹੜੀਆਂ ਕਈ ਯੰਗਸਟਰਸ ਵੀ ਕਵਾਂਗੇ, ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਬਾਬਾ ਨਾਨਕ ਦੀ ਕੋਈ ਵਾਈਫ ਸੀ, ਉਹਨਾਂ ਦੀ ਕੋਈ ਪਤਨੀ ਸੀ, ਜੇ ਸੀ ਤੇ ਉਹਦਾ ਨਾਂ ਕੀ ਸੀ। ਬੜਿਆਂ ਨੂੰ, ਬੱਚਿਆਂ ਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਚੇਤਾ ਰਹੇ,
जिन्हें मेरे संपर्क विच हुंदे ने मेरी कोशिश हुंदी है कि उन्हां नूं गुरु परिवारां दे बारे दस्या जाए कि एटलीस्ट उन्हां नूं नाम ते चेते रहन। ते अज आपां उन्हां दी शख्सियत उन्हां दे बाबा नानक जिन्हों सारे प्यार करदे ने उन्हां दा अपना घर परिवार किवें चलिया उन्हां दा लाइफ पार्टनर कौन सी उहदे बारे असीं गलबात करनी है। हाँ जी तुसीं शुरू करो पहलां उन्हां दी शख्सियत बारे बाबा नानक ते उन्हां दी पत्नी बारे। हाँ जी देखो असी जिस पक्ष नूं अणगौलिया कर दिता जिवें तुसीं दस्सिया कि बहुतियां नूं पता ही नहीं ते असी भी सीमित हो गए जदों गुरु साहिब दा दिन मनाया जदों 5.5 साल मनाया किते जिक्र ही नहीं कीता उस शख्सियत दा जिस जो कि असी मन सकते हैं कि पहली बहादुर बीबी जो कि सिख धर्म वल नूं जे असी कहीए गल करिए तां जे ओह ना हुंदी मेरा ख्याल है तां शायद साडे गुरु नानक साहिब गुरु ना बन सकते। कारण मैं दसदी हाँ कि उन्हां समयां विच जे आपां नूं सब नूं पता होवे तां समय ओह सन जदों बाल विआह होया करदे सन जी बिल्कुल पति प्रथा भी जोरां ते सी ते औरत नूं किसे भी हाल विच कोई हक नहीं सी दित्ता जांदा। जी जी जात पात सिखरां ते सी इस चीज बारे सानूं पता है ते जिवें गुरु साहिब ने आप उचारिया सानूं पता है कि उन्हां समयां विच जिथे धार्मिक पाखंड सिखर ते सन उथे राजे शीं मुकदम कुत्ते वर्गे अहलकार भी सन ते राजे भी सन यानी सिखर सी जुलम दा जिथे तैं की दर्द न आया भी तां उचारिया गया कि औरत सिर्फ एक वर्तन वाली शै सी बलात्कार हो रहे सन यानी चरम सीमा ते सी औरत उत्ते हुंदा जुलम। माता सुलखणी का जिक्र इस करके करना बनता है कि मेरा ख्याल है बहुतियां नूं इन्ना तां इतिहास सानूं लभ ही जांदा कि गुरदासपुर के पिंड पखो के विच मां चंदो दे कुखों जम्मे सन जो सन 1473 विच जो लिखिया मिलता जे जी गल ए सी कि उन्हां दे पिता जी उदों पटवारी सन मूल वजों मूल चंद जी जो पटवारी सन उदों जी यानी समझा जा सकता है कि बड़े चंगे टब्बर विचों सन पिछों मजबूत सी उन्हां दा पिछोकड़ जी। हुण जो जिन्नी क चीज उन्हां बारे लिखी मिलदी है मैं उन्हां तो ही जे आपां समझण दी कोशिश करिए तां कहिंदे ने बड़ी सूझ बूझ वाले सन। इस शब्द विच किन्नी डुंगियाई है मैं अगे तुहानूं उहदे नाल मिलावांगी। फिर लिखिया कि सेवा करन विच उन्हां दा कोई सानी नहीं सी। असीं मन सकदे हां औरत उदों बनाई इस लई सी कि इन्हें सेवा ही करनी है जी, पर जी। जो एक शब्द मैनूं लभ्या उहनां दे बारे जदों खोज कर रही सां लिखिया कि उहनां नूं कदे किसे ने उच्ची बोलदिआं भी सुणिआ नहीं सी। इह वी मन सकदे हां कि उहनां समिआं विच धी दबा के रखी जांदी सी उहनूं कोई खुल नहीं सी सो इह चीज़ां असीं समझ सकदे हां। एक सूझ बूझ शब्द क्यों अड़ गिआ क्योंकि उदों जदों इहनां दा विआह होइआ इह 14 वरिआं दे सन है ही बाल विआह हुंदे सन सो उदों ही इहनां दा होइआ 18 वरिआं दे उदों गुरु नानक साहिब सन जदों इहनां दा विआह होइआ ते उदों जिस तरीके ओह अगों उहनां दी जिंदगी लंघी आपां सोचिए कि सब तों पहली चीज़ सी कि जदों विआह होणा सी मैं जिवें दस्सिआ कि पिछोकड़ तगड़ा सी ते विआह दे रसम जो सन रसमां हुंदियां रीत रिवाज ओह बड़े उस समें दे ਉਹ ਪਤਾ ਹੀ ਹੈ ਸਾਨੂੰ ਮਿਲ ਰਿਹਾ ਕਿ ਕਿਵੇਂ ਨਿਚੋੜ ਦਿੱਤਾ ਜਾਂਦਾ ਸੀ ਇੱਕ ਧੀ ਵਾਲਿਆਂ ਨੂੰ ਜੀ ਜੀ ਉਹਨਾਂ ਸਮਿਆਂ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਜਿਹਦਾ ਵਿਆਹ ਜ਼ਿਆਦਾ ਜ਼ੋਰ ਸ਼ੋਰ ਨਾਲ ਹੋਇਆ ਹੈ ਜਿੰਨਾ ਸ਼ੋਅ ਆਫ ਨਾਲ ਹੋਇਆ ਉਹ ਜ਼ਿਆਦਾ ਵਧੀਆ ਤੇ ਤਗੜਾ ਹੋਏਗਾ ਬਿਲਕੁਲ। ਪਰ ਇਸ ਸਮੇਂ ਜੇ ਉਹਨਾਂ ਸਮਿਆਂ 'ਚ ਲਈਏ ਤਾਂ ਪਹਿਲੀ ਚੀਜ਼ ਜੋ ਕਿਹਾ ਜਾਂਦੀ ਹੈ ਕਿਹਾ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਅੜ ਗਏ ਕਿ ਮੈਂ ਸਾਦਾ ਵਿਆਹ ਕਰਨਾ ਮੈਂ ਇਹ ਖਰਚ ਫਾਲਤੂ ਨਹੀਂ ਕਰਨਾ ਜੀ। ਹੁਣ ਇਹ ਪਹਿਲੀ ਗੱਲ ਸੀ ਜਿੱਥੇ ਮਾਤਾ ਸੁਲੱਖਣੀ ਦੇ ਮਾਪੇ ਰਤਕ ਔਖੇ ਹੋਏ ਕਿ ਇਹ ਕੀ ਗੱਲ ਹੋਈ ਅਸੀਂ ਤਾਂ ਪੂਰੀਆਂ ਰੀਝਾਂ ਲਾਣੀਆਂ ਸਾਡਾ ਪਿਛੋਕੜ ਤਗੜਾ ਤੇ ਇਹ ਹੁਣ ਸਮਾਜ ਦੇ ਉਲਟ ਕਿਵੇਂ ਇਹ ਗੱਲ ਹੋ ਸਕਦੀ ਹੈ ਕਿ ਅਸੀਂ ਸਾਦਾ ਵਿਆਹ ਕਰੀਏ ਜੀ। ਸੋ ਪਹਿਲੀ ਚੀਜ਼ ਜੋ ਉਸ ਸਮੇਂ ਜੇ ਆਪਾਂ ਦੇਖੀਏ ਉਸ ਮੈਂ ਸਾਰਾ ਤਾਂ ਦੱਸਿਆ ਸੀ ਔਰਤ ਦਾ ਉਸ ਮਾਹੌਲ ਨੂੰ ਜੇ ਦੇਖਦੇ ਹੋਈਏ ਤਾਂ ਇਹ ਸਾਰਾ ਦਾ ਸਾਰਾ ਜੇ ਉਸ ਸਮੇਂ ਕੰਮ ਨੇਪਰੇ ਚੜਿਆ ਕਿ ਇਸ ਗੱਲ ਨੂੰ ਟਪਾਉਣਾ ਲੰਘਾਉਣਾ ਇਹ ਸੂਝ ਬੂਝ ਦੀ ਪਹਿਲੀ ਮਿਸਾਲ ਸੀ ਕਿ ਜਿੱਥੇ
माता सुलक्खणी ने अपने मापिया नू अपने रिश्तेदारी नू समझाउण दी कोशिश कीती कि ए वाखे ते जे ओ ए कह रहे ने उहदे च साडा फायदा ही है। तुसी समझो कि औरत नू उदों बोलण दी इजाजत नहीं सी ते इक छोटी जिही बच्ची जी जिन्हें बिल्कुल ए सारा कुछ कम जे ना उस समय ए व्याह होया हुंदा ता शायद साडे बाबा नानक ए हुंदे ना। ਇਹ ਪਹਿਲੀ ਚੀਜ਼ ਦੀ ਸੂਝ ਬੂਝ ਦੀ, ਕਿਉਂਕਿ ਵਿਆਹ ਦੇ ਵਿੱਚ ਜਿੰਨੀਆਂ ਕਿ ਅੜਚਣਾਂ ਆਈਆਂ ਉਹ ਅਸੀਂ ਦੇਖ ਸਕਦੇ ਹਾਂ, ਕਿਉਂਕਿ ਬਿਲਕੁਲ ਦੂਜੀ ਜੋ ਚੀਜ਼ ਜਿਵੇਂ ਕਿ ਸਾਡੇ ਇਤਿਹਾਸਕਾਰ ਇਕੱਲਾ ਸੂਝ ਬੂਝ ਕਹਿ ਕੇ ਸੁਰੂ ਹੋ ਗਏ, ਮੈਂ ਔਰਤ ਹੁੰਦਿਆਂ ਹੋਇਆ ਤੇ ਤੁਸੀਂ ਵੀ ਔਰਤ ਹੁੰਦਿਆਂ ਸਮਝ ਸਕਦੇ ਹੋ ਕਿ ਬਗਾਵਤੀ ਸੁਰ ਕੱਢਣੇ ਜਦੋਂ ਤੁਹਾਨੂੰ ਚਫੇਰਿਓ ਜਕੜਿਆ ਪਿਆ ਹੋਵੇ ਇਹ ਕਿੰਨਾ ਔਖਾ ਕਿਸੇ ਔਰਤ ਲਈ ਹੈ। ਜੀ ਹੁਣ ਦੂਸਰੀ ਚੀਜ਼, ਕਿਉਂਕਿ ਉਦੋਂ ਬੋਲਣ ਦਾ ਹੱਕ ਤਾਂ ਹੈ ਨਹੀਂ ਸੀ, ਪਹਿਲੀ ਚੀਜ਼ ਤਾਂ ਸਿਰਫ ਇਹ ਸਾਦਾ ਵਿਆਹ ਤੇ ਕਰਕੇ ਹੀ ਜੋ ਲਿਖਿਆ ਮਿਲਦਾ ਕਿ ਕਈ ਚਿਰ ਰੱਫੜ ਚੱਲਿਆ, ਦਿਨ ਰਾਤ ਇਸ ਲਈ ਵਿਰੋਧ ਹੁੰਦਾ ਰਿਹਾ ਕਿ ਇਹ ਨਹੀਂ ਹੋਣਾ ਚਾਹੀਦਾ, ਇਹ ਤਾਂ ਉਲਟ ਚੱਲ ਰਿਹਾ ਸਮਾਜ ਤੋਂ। ਜੀ ਜੀ ਹੁਣ ਦੂਜੀ ਜਿਹੜੀ ਚੀਜ਼ ਸੀ ਉਹ ਉਸ ਤੋਂ ਵੀ ਔਖੀ ਸੀ, ਕਿਉਂਕਿ ਉਹਨਾਂ ਨੇ ਇਹ ਕਹਿ ਦਿੱਤਾ ਕਿ ਮੈਂ ਜਾਤ ਪਾਤ ਦਾ ਵਿੱਚ ਚੱਕਰ ਨਹੀਂ ਆਣ ਦੇਣਾ। ਯਾਨੀ ਜੀ ਇਹ ਤੁਸੀਂ ਹਿਸਾਬ ਲਾਓ ਕਿ ਉਦੋਂ ਇਹ ਉੱਚ ਜਾਤ ਦਿਸਦਿਆਂ ਹੋਇਆ ਇਹ ਉਹਨਾਂ ਵੱਲੋਂ ਕਹਿਣਾ ਕਿ ਮੈਂ ਯਾਨੀ ਇਸ ਚੀਜ਼ ਨੂੰ ਵੀ ਨਾਲ, ਇੱਕ ਤਾਂ ਮੈਂ ਵਿਆਹ ਸਾਦਾ ਕਰਨਾ, ਉੱਤੋਂ ਮੈਂ ਇਹ ਜਾਤ ਪਾਤ ਦੇ ਪਾੜ ਨੂੰ ਮਿਟਾ ਕੇ ਆਪਣਾ ਵਿੱਚ ਉਹੀ ਜਿਹੇ ਲੋਕ ਵੀ ਆਣ ਦੇਣੇ ਆ। ਯਕੀਨਨ ਅਸੀਂ ਵੱਖੋ ਵੱਖ ਜਾਤ ਦੇ ਲੋਕਾਂ ਨੂੰ ਉਹਨਾਂ ਸਮਿਆਂ 'ਚ ਜਿੱਥੇ ਪਿੱਟ ਜਾਂਦੇ ਸਨ ਲੋਕ ਇਹ ਨਾਮ ਹੀ ਸੁਣਦਿਆਂ, ਜੀ ਉੱਥੇ ਸ਼ਾਮਲ ਕਰਵਾਉਣਾ। ਹੁਣ ਇੰਨਾ ਕੁ ਸਿਰਫ ਲਾਈਨ ਲਿਖੀ ਮਿਲਦੀ ਹੈ ਕਿ ਸਿਰਫ ਮਾਤਾ ਸੁਲੱਖਣੀ ਸਦਕਾ ਸੰਭਵ ਹੋ ਸਕਿਆ, ਇਹ ਲਾਈਨ ਸਮਝਦੇ ਹੋ ਕਿ ਕਿੰਨੀ ਬਿਲਕੁਲ ਸੂਝ ਦੀ ਮਾਲਕ ਸੀ ਸਾਡੀ, ਉਹ ਕਿੰਨੀ ਬਹਾਦਰ ਸੀ ਸਾਡੀ ਮਾਂ ਸੁਲੱਖਣੀ। ਇੱਕ ਆਪ ਬੱਚੀ ਹੁੰਦਿਆਂ ਹੋਇਆਂ ਉਹਨਾਂ ਨੇ ਨਾ ਸਿਰਫ ਆਪਣੇ ਮਾਪਿਆਂ ਨੂੰ, ਰਿਸ਼ਤੇਦਾਰੀ ਨੂੰ, ਸਮਾਜ ਵਿੱਚ ਕਿਸ ਤਰੀਕੇ ਉਹ ਰੋਲ ਨਿਭਾਇਆ ਹੋਣਾ ਕਿ ਇਹ ਵਿਆਹ ਨੇਪਰੇ ਚੜਿਆ, ਜਿਸ ਲਈ ਕਿ ਪੂਰਨ ਰੂਪ ਵਿੱਚ ਵਿਰੋਧ ਹੋ ਰਿਹਾ ਸੀ ਸਾਰੀ ਰਿਸ਼ਤੇਦਾਰੀ ਵੱਲੋਂ, ਸਮਾਜ ਵੱਲੋਂ। ਸੋ ਇਹ ਸਾਰਾ ਕੁਝ ਸਿਰਫ ਤੇ ਸਿਰਫ ਕਿਉਂਕਿ ਉਹਨਾਂ ਦੇ ਗੁਰੂ ਨਾਨਕ ਸਾਹਿਬ ਦੇ ਮਾਪੇ ਵੀ ਔਖੇ ਸਨ ਇਧਰੋਂ ਵੀ, ਤੇ ਇੱਕ ਇਕੱਲੀ ਮਾਤਾ ਸੁਲੱਖਣੀ ਨੇ ਜੋ ਇਹ ਸਾਰਾ ਕੁਛ ਸੰਭਾਲਿਆ, ਆਪਣੀ ਅਕਲ ਤੋਂ ਵੀ ਕੰਮ ਲਿਆ, ਤੇ ਕਿਵੇਂ ਇਹ ਸਭ ਕੁਛ ਕੀਤਾ ਹੋਣਾ, ਮੈਂ ਤਾਂ ਹੈਰਾਨ ਆ ਕਿ ਸੁੱਖੀ ਸਾਂਦੀ ਉਹ ਵਕਤ ਲੰਘਾ ਸਕੇ ਸਨ ਇਸ ਤੋਂ ਬਹਾਦਰ। ਮੈਂ ਨਹੀਂ ਸਮਝਦੀ ਕੋਈ ਹੋਰ ਬੱਚੀ ਹੋ ਸਕਦੀ ਹੈ ਜਿਹੜੀ ਇੰਨੇ ਖੂਬਸੂਰਤ ਤਰੀਕੇ ਨਾਲ ਸਭ ਨੂੰ ਸਾਂਭ ਵੀ ਸਕੀ ਹੋਵੇ ਤੇ ਉਹ ਕੰਮ ਵੀ ਨੇਪਰੇ ਚੜ ਗਿਆ। ਜੀ ਬਿਲਕੁਲ ਡਾਕਟਰ ਸਾਹਿਬ, ਅਸੀਂ ਮੈਂ ਇੱਥੇ ਇੱਕ ਗੱਲ ਕਹਿਣਾ ਚਾਹਾਂਗੀ ਕਿ ਜੇ ਅਸੀਂ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਵੀ ਦੇਖਦੇ ਹਾਂ ਕਿ ਕੁੜੀ ਦਾ ਪਿਓ ਵੀ ਬਹੁਤ ਧਨਾੜ ਹੈ, ਪਟਵਾਰੀ ਹੈ, ਤੇ ਮੁੰਡੇ ਦਾ ਪਿਓ ਵੀ ਬਹੁਤ ਅਮੀਰ ਪਰਿਵਾਰ ਦੇ ਵਿੱਚੋਂ, ਸਾਰਿਆਂ ਨੂੰ ਏਦਾਂ ਲੱਗਦਾ ਹੈ ਕਿ ਬਾਬਾ ਨਾਨਕ ਦੀ ਗੱਲ ਕਰਦੇ ਹਾਂ ਤੇ ਆਪਾਂ ਨਿਮਰਤਾ ਭਾਵ ਇਸ ਤਰ੍ਹਾਂ ਬਿਲਕੁਲ ਨੀਵੇਂ ਪਾਸੇ ਵੱਲ ਨੂੰ ਕਈ ਲੈ ਜਾਂਦੇ ਨੇ ਕਿ ਨਹੀਂ, ਬਾਬਾ ਨਾਨਕ ਕਹਿੰਦੇ ਨੇ ਕਿ ਗਰੀਬੀ ਦਾ ਵੀ ਨਾ ਰਹਿਣਾ ਆ, ਉਸ ਤਰੀਕੇ ਦੇ ਨਾਲ ਰਹਿਣਾ। ਪਰ ਤੁਸੀਂ ਇਹ ਜਦੋਂ ਸੋਚਦੇ ਆ ਕਿ ਉਹਨਾਂ ਦਾ ਪਿਓ ਵੀ ਪਟਵਾਰੀ ਤੇ ਉਹਨਾਂ ਜਿਹਦੇ ਨਾਲ ਵਿਆਹ ਹੋਣਾ, ਦੋਨੇ ਪਰ ਇੱਕ ਅਮੀਰ ਪਰਿਵਾਰ ਨੇ ਤੇ ਵਿਆਹ ਸਾਦਾ ਹੋਣਾ ਸੰਭਵ ਨਹੀਂ ਸੀ, ਤੇ ਉਹ ਜੇ ਹੋਇਆ ਹੈ ਤੇ ਮਾਤਾ ਸੁਲੱਖਣੀ ਸਦਕਾ ਤੇ ਬਾਬਾ ਨਾਨਕ ਦੇ ਆਪਣੀ ਜਿਹੜੀ ਉਹਨਾਂ ਦਾ ਦ੍ਰਿੜ ਨਿਸ਼ਠਾ, ਉਹਨਾਂ ਸਦਕਾ ਜਿਹੜਾ ਇਹ ਸਾਦਾ ਵਿਆਹ ਜਿਹੜਾ ਸੰਭਵ ਹੋ ਸਕਿਆ, ਇਹੀ ਆਪਾਂ ਸੋਚ ਸਕਦੇ ਹਾਂ। ਬਿਲਕੁਲ ਬਿਲਕੁਲ, ਪਰ ਇਹ ਦੇਖੋ ਕਿ ਕੁੜੀ ਵਾਲਿਆਂ ਵੱਲੋਂ ਨਾ ਹੋ ਗਈ ਸੀ, ਉਹ ਕਹਿੰਦੇ ਜੀ ਰਿਸ਼ਤੇ ਹੋਰ ਵੀ ਬਥੇਰੇ ਨੇ ਜੀ, ਪਰ ਇਹ ਸਾਰੇ ਤੇ ਜਿੱਥੇ ਮਾਂ ਸੁਲੱਖਣੀ ਦੀ ਦੂਰਅੰਦੇਸ਼ੀ ਵੀ, ਕਿਉਂਕਿ ਉਹਨਾਂ ਨੇ ਜਿਵੇਂ ਆਮ ਆਪਾਂ ਅੱਜ ਦੇ ਮਾਹੌਲ ਚ ਸੋਚ ਲੈਂਦੇ ਹਾਂ ਵੀ ਮਿਲੇ ਗਿਲੇ ਕੋਈ ਸਮਝੇ, ਇਹੋ ਜਿਹੀ ਤਾਂ ਗੱਲ ਸੀ ਨਹੀਂ ਜੀ, ਫਿਰ ਵੀ ਨਾਲੇ ਇਹ ਉਦੋਂ ਤੱਕ ਜ਼ਿਕਰ ਪਹੁੰਚ ਚੁੱਕਿਆ ਸੀ ਕਿ ਭਾਈ ਇਹ ਕੁਛ ਦੁਨਿਆਵੀ ਯਾਨੀ ਗੱਲਾਂ ਤੋਂ ਪਰਾਂ ਨੇ, ਤੇ ਉਹ ਕੁਛ ਮਾੜੀ ਸ਼ਬਦਾਵਲੀ ਵੀ ਵਰਤੀ ਗਈ ਕਿ ਸ਼ਾਇਦ ਇਹਨਾਂ ਚ ਕੋਈ ਨੁਕਸ ਏ ਜਿਹੜਾ ਇਹ ਨੋਰਮਲ ਨਹੀਂ ਹੋ ਰਹੇ। ਇਹ ਸਾਰੇ ਨੂੰ ਕਿਵੇਂ ਸਮਝਿਆ ਹੋਣਾ ਉਹਨਾਂ ਨੇ, ਜਿਸ ਨਾਲ ਜ਼ਿੰਦਗੀ ਬਤੀਤ ਕਰਨ ਦੀ ਗੱਲ ਉਹਨਾਂ ਨੇ ਕਰ ਲਈ। ਫਿਰ 19 ਵਰਿਆਂ ਦੀ ਉਮਰ ਤੇ ਜਦੋਂ ਉਹਨਾਂ ਦਾ ਗਾਉਣਾ ਹੋਇਆ ਯਾਨੀ ਲੈ ਕੇ ਗਏ, ਉਦੋਂ ਤੁਸੀਂ ਹੁਣ ਜ਼ਰਾ ਕੁ ਸਮਾਂ ਦੇਖੋ ਕਿ ਜੋ ਪਹਿਲੀ ਉਸ ਸਮੇਂ ਸ਼ੁਰੂ ਦੇ ਮਾਹੌਲ ਵਿੱਚ ਤਾਂ ਆਪਾਂ ਸਮਝ ਸਕਦੇ ਹਾਂ ਕਿ ਵਿਆਹ ਹੋਇਆ
ਜਿਹੜਾ ਉਦੋਂ ਦੇ ਚਾ ਮਲਾਰ ਹੁੰਦੇ ਨੇ ਤਿੰਨਾਂ ਸਾਲਾਂ ਚ ਜੋ ਕਹਿੰਦੇ ਨੇ ਦੋ ਪੁੱਤਰ ਵੀ ਹੋਏ ਫਿਰ ਦੋ ਬੇਟੀਆਂ ਦਾ ਵੀ ਜ਼ਿਕਰ ਮਿਲਦਾ ਜਿਹੜੀਆਂ ਨਹੀਂ ਰਹੀਆਂ ਹੁਣ ਇਹਦੇ ਵਿੱਚ ਭਾਰਤ ਜਵਾਨ ਇੱਕ ਔਰਤ ਹੋਵੇ ਤੇ ਉਹ ਬੱਚਿਆਂ ਨੂੰ ਸਾਂਭ ਰਹੀ ਹੋਵੇ ਜਿੱਥੇ ਔਰਤ ਨੂੰ ਬਾਹਰ ਨਿਕਲਣ ਦੀ ਮਨਾਹੀ ਹੋਏ ਤੇ ਉੱਥੇ ਉਹਦਾ ਪਤੀ ਕਵੇ ਕਿ ਮੈਂ ਤਾਂ ਦੁਨੀਆਂ ਤੋਂ ਉਲਟ ਤੇ ਮੈਂ ਤਾਂ ਚੱਲਿਆ ਤੇ ਤੇਰੇ ਸਿਰ ਤੇ ਜ਼ਿੰਮੇਵਾਰੀ ਮੇਰੇ ਮਾਪਿਆਂ ਦੀ ਵੀ ਤੇ ਤੇਰੇ ਆਪਣੇ ਟੱਬਰ ਦੀ ਵੀ ਤੇ ਬੱਚੇ ਵੀ ਸਾਂਭ ਮੈਂ ਤਾਂ ਨਿਕਲ ਚੱਲਿਆ ਜੀ 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 ਔਰਤ ਦੀਆਂ ਰੀਝਾਂ ਮੈਂ ਅੱਜ ਦੇ ਮਾਹੌਲ ਚ ਜੇ ਲਿਆਵਾਂ ਤਾਂ ਔਰਤ ਕਵੇ ਆਹ ਪਏ ਆ ਜੀ ਤੁਹਾਡੇ ਬੱਚੇ ਆਹ ਪਿਆ ਤੁਹਾਡਾ ਘਰ ਤੇ ਮੈਂ ਚੱਲੀ ਬਿਲਕੁਲ ਤਾਂ ਗੁਰੂ ਨਾਨਕ ਸਾਹਿਬ ਗੁਰੂ ਨਹੀਂ ਸੀ ਹੋਣੇ ਮੈਂ ਤਾਂ ਵਾਰ ਵਾਰ ਕਹਿ ਰਹੀ ਹਾਂ ਕਿ ਸਿੱਖ ਕੌਮ ਨਤਮਸਤਕ ਹੋਣੀ ਚਾਹੀਦੀ ਹੈ ਕਿ ਉਹ ਇੱਕ ਬਹਾਦਰ ਬੀਬੀ ਸੀ ਇੱਕ ਦਮਦਾਰ ਬੀਬੀ ਸੀ ਜਿਸਨੇ ਉਸ ਸਮੇਂ ਦੀਆਂ ਰਵਾਇਤਾਂ ਤੋਂ ਉਲਟ ਜਾ ਕੇ ਇੱਕ ਅਜਿਹਾ ਮਨੁੱਖ ਚੁਣਿਆ ਜਿਸ ਨੂੰ ਉਹਨੂੰ ਪਤਾ ਸੀ ਕਿ ਇਹ ਆਮ ਜੋ ਸਧਾਰਨ ਮਨੁੱਖਾਂ ਤੋਂ ਵੱਖ ਜਾ ਰਿਹਾ ਹੈ ਤੇ ਸ਼ਾਇਦ ਜ਼ਿੰਦਗੀ ਵਿੱਚ ਮੈਨੂੰ ਉਹਦਾ ਨਾ ਸਾਥ ਓਨਾ ਹਾਸਲ ਹੋ ਸਕੇ ਕਿਉਂਕਿ ਉਹਦੀ ਸੋਚ ਹੀ ਕੁਝ ਵੱਖਰੀ ਹੈ ਉਹ ਦੁਨਿਆਵੀ ਗੱਲਾਂ ਵਿੱਚ ਰੁੱਝਿਆ ਉਹਨੂੰ ਸਮਾਜ ਬਦਲਣ ਦੀ ਚਿੰਤਾ ਹੈ ਉਹਨੂੰ ਚਿੰਤਾ ਹੈ ਕਿ ਜਿਹੜੇ ਲੋੜਵੰਦ ਨੇ ਉਹਨਾਂ ਦੀ ਆਵਾਜ਼ ਬਣਾ ਤੇ ਉਹ ਤੁਰ ਜਾਣਾ ਭੈਣ ਜੀ 14 ਵਰੇ ਕੋਈ ਮਜ਼ਾਕ ਨਹੀਂ ਹੁੰਦਾ ਬਿਲਕੁਲ ਇੰਨੀ ਦੇਰ ਇੱਕ ਔਰਤ ਫਿਰ ਉਹਨਾਂ ਬਾਰੇ ਦੇਖੋ ਕੀ ਲਿਖਿਆ ਮਿਲਦਾ ਕਿ ਹਮੇਸ਼ਾ ਉਹ ਮਾਨਸਿਕ ਤਾਕਤ ਬਣ ਕੇ ਉਭਰੇ ਜੀ ਬਿਲਕੁਲ ਜਿਨ੍ਹਾਂ ਉਹਨਾਂ ਦਾ ਉਚਾਟ ਹੁੰਦਾ ਸੀ ਮਨ ਆਪਣੀ ਭੈਣ ਨਾਨਕੀ ਨੂੰ ਮਿਲਣਾ ਜਾਂ ਟੱਬਰ ਵਜੋਂ ਉਪਰਾਮਤਾ ਕਿ ਮੈਂ ਉੱਥੋਂ ਦੂਰ ਹੋ ਗਿਆ ਤਾਂ ਇਹ ਕਦੇ ਉਹਨਾਂ ਨੇ ਸ਼ਿਕਾਇਤ ਦੇ ਬਾਰੇ ਇੱਕ ਵਾਰ ਕਿਤੇ ਜ਼ਿਕਰ ਨਹੀਂ ਮਿਲਦਾ ਕਿ ਕਦੇ ਸ਼ਿਕਾਇਤ ਕੀਤੀ ਹੋਏ ਮੇਰੀ ਜ਼ਿੰਦਗੀ ਦਾ ਕੀ ਹਾਲ ਕੀਤਾ ਜੇ ਜੀ ਬਲਕਿ ਉਹਨਾਂ ਲਈ ਇੱਕ ਮਿਸਾਲੀ ਹਿੰਮਤ ਬਣ ਕੇ ਉਹਨਾਂ ਦੇ ਨਾਲ ਸਾਹਮਣੇ ਖੜੇ ਹੋਏ ਮਾਨਸਿਕ ਤਾਕਤ ਬਣੇ ਕਿ ਭਈ ਤੁਸੀਂ ਛੱਡ ਦਿਓ ਘਰ ਬਾਰ ਦੀ ਫਿਕਰ ਤੁਸੀਂ ਆਪਣਾ ਕਰੋ ਮੈਂ ਸਾਂਭਦੀ ਹਾਂ ਉਹਨਾਂ ਸਮਿਆਂ ਵਿੱਚ ਪੈਸੇ ਦੀ ਕਿੱਲਤ ਬਹੁਤ ਹੋਈ ਕਿਉਂਕਿ ਕਮਾਈ ਦਾ ਅੱਗੋਂ ਕੰਮ ਹੀ ਰੁਕ ਗਿਆ ਸੀ ਕੋਈ ਹੈ ਹੀ ਨਹੀਂ ਸੀ ਉਹ ਤਾਂ ਨਿਕਲ ਹੀ ਗਏ ਹੁਣ ਉਹਦੇ ਵਿੱਚ ਜੋ ਉਹਦੇ ਉਹਨਾਂ ਸਮਿਆਂ ਚ ਕਦੇ ਔਰਤ ਬਾਹਰ ਨਹੀਂ ਸੀ ਨਿਕਲਦੀ ਤਾਂ ਜ਼ਿਕਰ ਮਿਲਦਾ ਕਿ ਖੇਤਾਂ ਵਿੱਚ ਕੰਮ ਵੀ ਕੀਤਾ ਮਾਂ ਸੁਲੱਖਣੀ ਨੇ ਜੀ ਜੀ ਤੁਸੀਂ ਸੋਚੋ ਕਿੰਨੇ ਕੁ ਲੋਕਾਂ ਨੇ ਉਸ ਸਮੇਂ ਬੋਲਿਆ ਹੋਣਾ ਕਿਉਂਕਿ ਔਰਤ ਨੂੰ ਨਿਕਲਣ ਵੀ ਨਹੀਂ ਦਿੰਦੇ ਕਿੰਨਾ ਕੁ ਜੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਨੂੰ ਅਪਸ਼ਬਦ ਬੋਲੇ ਗਏ ਸਨ ਸੌਖਿਆਂ ਅੰਦਾਜ਼ਾ ਲੱਗ ਸਕਦਾ ਹੈ ਕਿ ਇੱਕ ਔਰਤ ਲਈ ਕੀ ਕੁਝ ਮਾੜਾ ਨਹੀਂ ਕਿਹਾ ਹੋਣਾ ਕਿ ਇਹ ਘਰੋਂ ਬਾਹਰ ਇਹ ਕੁਲੱਛਣੀ ਹੈ ਕਿ ਬਹੁਤ ਕੁਛ ਵਰਤਿਆ ਹੋਣਾ ਸ਼ਬਦ ਇਸ ਤੋਂ ਵੀ ਕਿਤੇ ਬਹੁਤ ਮਾੜੇ ਜੀ ਹੁਣ ਉਹਦੇ ਬਾਵਜੂਦ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਆਪਣੇ ਸਹੁਰਿਆਂ ਦਾ ਘਰ ਸਾਂਭਿਆ ਫਿਰ ਬੱਚਿਆਂ ਦੀ ਬਿਮਾਰੀ ਵੇਲੇ ਆਪ ਹਨੇਰੇ ਸਵੇਰੇ ਨਿਕਲਦੇ ਰਹੇ ਇੱਕ ਵਾਰ ਸ਼ਿਕਾਇਤ ਦਾ ਜ਼ਿਕਰ ਪੂਰੀ ਗੁਰਬਾਣੀ ਵਿੱਚ ਜਾਂ ਪੂਰੇ ਗੁਰ ਇਤਿਹਾਸ ਵਿੱਚ ਇੱਕ ਵੀ ਥਾਂ ਦੱਸਿਓ ਕਿਤੇ ਜ਼ਿਕਰ ਮਿਲਦਾ ਹੋਏ ਕਿ ਮਾਂ ਸੁਲੱਖਣੀ ਨੇ ਕਦੇ ਮਿਹਣਾ ਮਾਰਿਆ ਹੋਏ ਕਦੇ ਅਫਸੋਸ ਕੀਤਾ ਹੋਏ ਕਿ ਮੇਰੀ ਜ਼ਿੰਦਗੀ ਦਾ ਕੀ ਬਣਿਆ ਉਹ ਇੱਕ ਸ਼ਾਂਤਮਈ ਢੰਗ ਨਾਲ ਜਿਵੇਂ ਉਹਨਾਂ ਨੇ ਸਾਰਾ ਟੱਬਰ ਸਾਂਭਿਆ ਉਹੀ ਕਾਰਨ ਸੀ ਕਿ ਬਾਬਾ ਨਾਨਕ ਗੁਰੂ ਅਖਵਾਉਣ ਯੋਗ ਹੋਏ ਜੀ ਇੱਥੇ ਤੱਕ ਕਿ ਉਦੋਂ ਕਿਹਾ ਜਾਂਦਾ ਸੀ ਕਿ ਔਰਤ ਵੱਲੋਂ ਜਿਹੜਾ ਮਾਪਿਆਂ ਦਾ ਘਰ ਹੈ ਉਹ ਟੋਟਲ ਕੱਟ ਆਫ ਹੁੰਦਾ ਹੈ ਬਿਲਕੁਲ ਹੁਣ ਇਹ ਬਗਾਵਤ ਜ਼ਰਾ ਦੇਖੋ ਕਿ ਉਹਨਾਂ ਨੇ ਆਪਣਾ ਸਹੁਰਿਆਂ ਦਾ ਟੱਬਰ ਤਾਂ ਸਾਰਾ ਸਾਂਭਿਆ ਹੀ ਪਰ ਜ਼ਿਕਰ ਮਿਲਦਾ ਕਿ ਉਹਨਾਂ ਨੇ ਆਪਣੇ ਪੇਕਿਆਂ ਦੀ ਵੀ ਲੋੜ ਵੇਲੇ ਉਹਨਾਂ ਦੇ ਘਰ ਗਏ ਮਦਦ ਕੀਤੀ ਸਾਰਾ ਉਹ ਘਰ ਵੀ ਸਾਂਭਿਆ ਜੀ ਮੈਂ ਬਹੁਤ ਸੌਖਿਆਂ ਸਮਝ ਸਕਦੀ ਹਾਂ ਤੁਸੀਂ ਵੀ ਉਸੇ ਹੀ ਮਾਹੌਲ ਵਿੱਚ ਬੈਠੇ ਹੋ ਜਿੱਥੇ ਔਰਤ ਨੂੰ ਇਸ ਤਰ੍ਹਾਂ ਘਰੋਂ ਨਿਕਲਣਾ ਕੰਮ ਕਰਨਾ ਪੇਕਿਆਂ ਵੱਲ ਜਾਣਾ ਜਿੱਥੇ ਕਹਿੰਦੇ ਆ ਕਿ ਤੁਸੀਂ ਤਾਂ ਹੁਣ ਉਸ ਪਾਸੇ ਮੂੰਹ ਹੀ ਨਹੀਂ ਕਰਨਾ ਮਰਨ ਤੱਕ ਵੀ ਤੁਸੀਂ ਬਾਹਰ ਹੋ ਉਹ ਸਾਰੇ ਚੀਜ਼ ਤੋਂ ਉਲਟ ਜਾ ਕੇ ਉਸ ਸਮਾਜ ਵਿੱਚ ਉਹਨਾਂ ਨੇ ਆਪਣੀ ਇੱਜ਼ਤ ਬਣਾਈ ਰੱਖੀ ਜੀ ਫਿਰ ਗੁਰੂ ਸਾਹਿਬ ਨੇ ਜਿਵੇਂ ਵਾਪਸ ਆਉਣਾ ਉਹਨਾਂ ਨੇ ਕਹਿਣਾ ਲੋੜਵੰਦਾਂ ਲਈ ਰੋਟੀ ਬਣਾਓ ਜ਼ਰਾ ਅੰਦਾਜ਼ਾ ਲਓ ਕਿ ਘਰ ਹੈ ਨਹੀਂ ਕਿਤੇ ਪੈਸੇ ਤੇ ਗੁਰੂ ਸਾਹਿਬ ਨੇ ਕਮਾ ਕੇ ਲਿਆਏ ਨਹੀਂ ਕਮਾਈ ਦਾ ਸਾਧਨ ਕੋਈ ਨਹੀਂ ਕਿਵੇਂ ਉਹਨਾਂ ਨੇ ਖੇਤਾਂ ਚ ਕੰਮ ਕਰਕੇ ਟੱਬਰ ਤਾਂ ਸਾਂਭਈ ਪਰ ਲੰਗਰ ਵਜੋਂ ਵੀ ਉਹਨਾਂ ਨੇ ਪਹਿਲੀ ਵਾਰ ਸੀ ਕਿ ਕੋਈ ਭੁੱਖਾ ਘਰ ਆਇਆ ਤਾਂ ਉਹਦੇ ਲਈ ਆਪਣੀ ਵੀ ਰੋਟੀ ਛੱਡ ਕੇ ਉਹਨਾਂ ਨੂੰ ਦੇ ਦੇਣੀ ਇਹ ਇਸ ਤੋਂ ਵੱਡੀ ਕੁਰਬਾਨੀ ਕੋਈ ਹੋ ਸਕਦੀ ਹੈ
जी बिल्कुल मां सुलक्खणी ने हर हरफ जो गुरु साहिब ने किया ओदे ते पूर चढ़ाउण लई पूरी जिंदगी अर्पण कर दित्ती। जी एक जी अजिही बालड़ी जिसने समाज तो उल्ट जा रहे बंदे बारे सारिआं नूं समझा के पहला नाल लड़ भी लगी ते फिर तोड़ निभाई अखीर तक कि जी मैं सारा कुछ जो तुसी हुक्म करोगे तुहाडी सोच दे अनुसार ही चल रही हाँ ते एक जिंदगी पूरी समर्पित कर देनी ओ भी हर चीज उस समय दे जो समाज दे उदो बने हुए सारिआं दे विचों दी वख निकल के करना जी मेरा ख्याल है कि पुरातन समय च जे झात मारांगे जिथे परदे पिछे औरत दी जिंदगी लंघदी सी जी जी कि इकली काम काजी मां मैनू नहीं लगता कोई होर एडा तगड़ा एग्जाम्पल होएगा कि लंगर भी चला रही होवे शिकायत भी ना करे औखा समा भी टपा जावे ए मिसाल कि बहादरी दी नहीं। औकड़ा तां वेखो जरा ओ किस तरीके दे समाज तो सुणदे आ फिर जिस तरीके एक वक्ख धर्म एक वक्ख सोच दी नींह रखी गई सी जी उत्थे औरत शब्द विच जे अर्थ भरे गए सन गुरु नानक साहिब वल्लों तां ओह दो ही औरतां सी जिन्हां दा तगड़ा रोल सी। तीजा जिस पिछे जिक्र भावे ना मिले पर समझ आ सकदी है कि मां तृप्ता दा प्यार भी ओहदे विच शामिल सी। पर बिल्कुल जिवें औरत प्रति या औरत नूं मर्द दे बराबर दी भूमिका जो ओह सोच गुरु साहिब दे मन विच आई सी तां दो औरतां दा खास जिक्र जे एक जी माता जब बेबे नानकी जी दा ते माता सुलखणी दा क्योंकि जी ओ बिल्कुल दमदार जो शख्सियतां ने असर पाया गुरु नानक साहिब ते तां उन्हां ने औरत दे हक विच आवाज़ चुकी कि इहनूं निरादर क्यों करदे हो इह तां राजिआं महाराजिआं नूं जम्मण वाली है इह जी तगड़ी औरत बाहर भी निकल सकदी है इह पूरा खानदान सांभ सकदी है ओ इहनूं निरादर ना करो इह तां तुहाडे तों इक कदम उतां है। जी जी ਉਹ ਔਰਤਾਂ ਦੀਆਂ ਸ਼ਖਸੀਅਤਾਂ ਨੇ ਇੰਨਾ ਤਗੜਾ ਅਸਰ ਪਾਇਆ ਸੀ ਕਿ ਉਹਨਾਂ ਨੇ ਇਹ ਦਮਦਾਰ ਸੁਨੇਹਾ ਆਉਣ ਵਾਲੀਆਂ ਨਸਲਾਂ ਨੂੰ ਦਿੱਤਾ ਕਿ ਔਰਤ ਇਕੱਲੀ ਵੀ ਹੋਏ ਤਾਂ ਕਮਜ਼ੋਰ ਨਹੀਂ ਹੁੰਦੀ। ਜੀ ਇਹ ਸ਼ਖਸੀਅਤ ਸਾਰੀ ਦੀ ਸਾਰੀ ਅਸੀਂ ਸਮਝ ਸਕਦੇ ਹਾਂ ਕਿ ਮਾਤਾ ਸੁਲੱਖਣੀ ਵੱਲੋਂ ਜੋ ਤਗੜਾ ਸੁਨੇਹਾ ਔਰਤ ਜ਼ਾਤ ਪੂਰੀ ਪ੍ਰਤੀ ਆਇਆ ਜਿਸ ਸਦਕਾ ਭਾਵੇਂ ਉਹ ਸਿੱਖ ਖਿਮਾ ਕਰਿਓ ਹਿੰਦੂ ਧਰਮ ਨੂੰ ਮੰਨਣ ਵਾਲੀਆਂ ਔਰਤਾਂ ਸਨ ਜਾਂ ਜੀ ਮੁਸਲਮਾਨ ਸਨ ਔਰਤਾਂ ਉਹਨਾਂ ਨੇ ਜਿੱਥੇ ਆਜ਼ਾਦੀ ਸੁਣੀ ਕਿ ਇਸ ਪਾਸੇ ਸਾਨੂੰ ਦਿਸਦਾ ਪਿਆ ਕਿ ਸਾਨੂੰ ਆਜ਼ਾਦੀ ਵੀ ਮਿਲ ਰਹੀ ਹੈ ਸਾਨੂੰ ਹੱਕਾਂ ਦੇ ਬਾਰੇ ਵੀ ਜਾਗਰਿਤ ਕੀਤਾ ਜਾ ਰਿਹਾ ਤੇ ਸਾਨੂੰ ਤਾਂ ਇੱਕ ਇਨਸਾਨ ਹੋਣ ਦਾ ਰੁਤਬਾ ਮਿਲ ਰਿਹਾ ਬਰਾਬਰੀ ਦਾ ਦਰਜਾ ਮਿਲ ਰਿਹਾ ਤਾਂ ਉਹ ਉਹਨਾਂ ਨੂੰ ਬਦੋ ਬਦੀ ਖਿੱਚ ਕੇ ਇਸ ਸੋਚ ਨਾਲ ਜੋੜ ਗਿਆ ਜਿੱਥੋਂ ਇਹ ਕਹਿ ਸਕਦੇ ਹਾਂ ਕਿ ਰਿਣੀ ਰਹਿ ਗਈ ਸਾਡੀ ਕੌਮ ਕਿ ਇਹ ਪੂਰੇ ਦਾ ਬਿਲਕੁਲ ਪੂਰਾ ਇੱਕ ਤਗੜੀ ਨੀਂਹ ਤਿਆਰ ਕਰਨ ਦੇ ਕੰਮ ਆਈ ਜਿੱਥੇ ਇੱਕ ਚਟਾਨ ਸੀ ਮੈਂ ਤਾਂ ਇਹ ਕਹਿ ਸਕਦੀ ਹਾਂ ਕਿ ਮਾਂ ਸੁਲੱਖਣੀ ਜਿਸਨੇ ਇਹ ਸਾਰਾ ਕੁਛ ਪੂਰ ਚੜ੍ਹਾਉਣ ਵਿੱਚ ਮਦਦ ਕੀਤੀ। ਗੁਰੂ ਨਾਨਕ ਸਾਹਿਬ ਨਹੀਂ ਸੀ ਹੋਣੇ ਉਹ ਜੇ ਸ਼ਿਕਾਇਤਾਂ ਦਾ ਪਟਾਰਾ ਹੁੰਦਾ ਜਾਂ ਉਹਨਾਂ ਨੂੰ ਇਹ ਫਿਕਰ ਪੈ ਜਾਂਦਾ ਮੇਰੇ ਮਾਪੇ ਰੁਲ ਰਹੇ ਨੇ ਪਤਨੀ ਜਾ ਚੁੱਕੀ ਹੈ ਤਾਂ ਉਹ ਫਿਕਰ ਕੁਝ ਹੋਰ ਹੋਣੇ ਸਨ। ਥੋੜੀ ਸਮਝਣ ਦੀ ਅਸੀਂ ਕੋਸ਼ਿਸ਼ ਕਰੀਏ ਜੀ ਕਿ ਬਿਲਕੁਲ ਕੁਰਬਾਨੀਆਂ ਦੇ ਤਰੀਕੇ ਢੇਰ ਲੱਗਿਆ ਪਿਆ ਜੋ ਹਰ ਮੋੜ ਤੇ ਉਸ ਬੀਬੀ ਨੇ ਸ਼ਾਂਤਮਈ ਢੰਗ ਨਾਲ ਸਿਆ ਵੀ ਲੋਕਾਂ ਦੀ ਆਵਾਜ਼ ਵੀ ਤਾਨੇ ਮਿਹਣੇ ਸਹਿੰਦਿਆਂ ਸਭ ਕੁਛ ਜਾਰੀ ਰੱਖਿਆ ਅੰਤ ਤੱਕ। ਕਿੰਨੀ ਕੁ ਮਿਹਨਤੀ ਹੋਣਗੇ ਕਿੰਨੇ ਕੁ ਨੇਕ ਨੀਅਤ ਵਾਲੇ ਹੋਣਗੇ ਕਿਵੇਂ ਆਦਰ ਤੇ ਸ਼ਰਧਾ ਨਾਲ ਉਹ ਗੁਰੂ ਸਾਹਿਬ ਦੇ ਨਾਲ ਜੁੜੇ ਰਹੇ ਇਹ ਸਾਰਾ ਕੁਛ ਮੈਨੂੰ ਨਹੀਂ ਲੱਗਦਾ ਕਿਸੇ ਪਾਸਿਓਂ ਅਸੀਂ ਇੱਕ ਬਹਾਦਰ ਉਸ ਸਮੇਂ ਦੀ ਬੀਬੀ ਦੀ ਮਿਸਾਲ ਪਹਿਲੀ ਇਹਨਾਂ ਨੂੰ ਨਾ ਗਿਣੀ ਹੈ ਤਾਂ ਵਾਕਈ ਸਾਡੇ ਲਈ ਨਲਾਇਕੀ ਦੀ ਗੱਲ ਹੋਏਗੀ। ਬਿਲਕੁਲ ਬਿਲਕੁਲ ਜੀ ਬਿਲਕੁਲ ਇੱਕ ਤਰੀਕੇ ਤਾਂ ਜਿੱਥੇ ਇੱਕ ਸ਼ਬਦ ਸਿਰਫ ਸੂਝ ਬੂਝ ਕਹਿ ਕੇ ਇਤਿਹਾਸਕਾਰਾਂ ਨੇ ਸਭ ਕੁਛ ਖਤਮ ਹੀ ਕਰ ਦਿੱਤਾ ਮਾਂ ਸੁਲੱਖਣੀ ਦਾ। ਜੀ ਮੈਨੂੰ ਲੱਗਦਾ ਕਿ ਜੇ ਔਰਤ ਜ਼ਾਤ ਦਾ ਮਾਣ ਜਾਂ ਸਵੈਮਾਣ ਦੀ ਗੱਲ ਕਰੀਏ ਤਾਂ ਉਹ ਪਹਿਲੀ ਨੀਂਹ ਧਰਨ ਵਾਲੀ ਨੀਂਹ ਦੀ ਇੱਟ ਧਰਨ ਵਾਲੀ ਅਸੀਂ ਮਾਂ ਸੁਲੱਖਣੀ ਨੂੰ ਗਿਣ ਸਕਦੇ ਹਾਂ ਜੀ ਜਿਸਨੇ ਆਪਾਂ ਕਿਉਂਕਿ ਗੱਲ ਕੀ ਕਰਦੇ ਹਾਂ ਅੱਜ ਵੀ ਇੱਕ ਸਿਰਫ ਸੇਵਾ ਭਾਵ ਸੀ ਤੇ ਖਤਮ ਕਰ ਦਿੰਦੇ ਹਾਂ। ਮਾਂ ਸੁਲੱਖਣੀ ਬਾਰੇ ਪੜ੍ਹ ਕੇ ਵੇਖ ਲਿਓ ਇਹ ਦੋ ਲਾਈਨਾਂ ਤੇ ਗੱਲ ਖਤਮ ਹੋ ਜਾਂਦੀ ਹੈ। ਸੂਝ ਬੂਝ ਜੀ ਜੀ ਵਾਲੇ ਸਨ ਸੇਵਾ ਕਰਦੇ ਸਨ।
जी भाई जरा सोचो कि किन्ना उन्हां दे मन ते भी असर पिया होना जो लोकां ने उन्हां नूं लानतां पाईयां ते की सपोर्ट सिस्टम सी उन्हां लई। जरा सोचो कि बिल्कुल एक पासे उन्हां दे सहुरे दुखी सन के की कर रहा साडा पुत्तर क्यों बाहर है, दूजे पासे मापिया वाल ओ दुखी के साडी धी इकली है, किस तरह यह काम चल रहा है। हुण ओ सारे दे विच एक औरत लई मनोबल अपना कायम रखना ते फिर उन्हां दोनों पासयां दे टब्बरां नूं भी बुलंद सोच नाल भरपूर करना, यह कोई सौखी गल लगती जे? यह संभव हो ही नहीं सकता जब जी तक एक औरत पूर्ण रूप विच तगड़ी शेर नहीं बन के ना उभरी होवे कि मैं सारा समाज एक पासे पर मेरे पति दी सेवा दे नाल नाल मैं दोनों पासे दे टब्बरां नूं भी उसे तरह मनो ते तनो तगड़े रखा। ये बहुत बड़ी एक तुसी समझ सकते हो बड़े तगड़ी एक वक्ख लकीर खिंची सी। जी बिल्कुल डॉक्टर साहब, आपां जे इत्थे हुण जे इहनूं आपां तुलना करिए अज दे समें वाल वास्त नाल कि अज जे किसे दा पति घर नहीं आउंदा जां दो दिन बाहर रहिंदा है ते दिहाड़ी च 20 फोन जांदे ने कि किथे हो, कदों आना है, किन्ने वजे आना है, कदों की कर रहे हो, किहदे नाल हो बाहर। ते तुसीं ओह समां सोचो कि जदों इहो जिही कोई व्यवस्था नहीं, ਬਾਬਾ ਨਾਨਕ ਉਦਾਸੀਆਂ ਲਈ ਗਿਆ ਹੈ ਤੇ ਕਦੋਂ ਪਰਤੇਗਾ ਕੁਛ ਪਤਾ ਨਹੀਂ, ਪਿੱਛੋਂ ਘਰ ਬਾਰ ਕਿਵੇਂ ਚੱਲਣਾ ਹੈ। ਤੇ ਇਹ ਮਜ਼ਬੂਤ ਮਨ ਦੇ ਨਾਲ ਹੀ ਸੰਭਵ ਸੀ। ਤੋ ਉਹਨਾਂ ਦਾ ਤੁਸੀਂ ਮੈਂਟਲ ਲੈਵਲ ਦੇਖੋ ਕਿੰਨਾ ਸਟਰੋਂਗ ਹੋਣਾ ਹੈ ਕਿ ਜੇ ਉਹ ਇਸ ਚੀਜ਼ ਨੂੰ ਸਾਂਭ ਰਹੇ ਸਨ। ਜੀ ਬਿਲਕੁਲ, ਡਾਕਟਰ ਸਾਹਿਬ ਇਹੀ ਕਾਰਨ ਹੈ ਕਿ ਮੈਨੂੰ ਮਾੜਾ ਜਿਹਾ ਲੱਗਿਆ ਕਿ ਇਤਿਹਾਸਕਾਰਾਂ ਨੇ ਦੋ ਹੀ ਗੱਲਾਂ ਤੇ ਖਤਮ ਕਰ ਦਿੱਤੀ, ਜੀ ਸੇਵਾ ਭਾਵ। ਰਤੀ, ਹੁਣ ਮੈਂ ਥੋੜਾ ਜਿਹਾ ਝਾਤ ਮਰਵਾਉਣਾ ਚਾਹੁੰਦੀ ਹਾਂ ਮਾਂ ਗੁਜਰੀ ਵੱਲ, ਕਿਉਂਕਿ ਅਸੀਂ ਆਮ ਹੀ ਦੇਖਦੇ ਹਾਂ ਕਿ ਇਸ਼ਤਿਹਾਰਾਂ ਦੇ ਵਿੱਚ ਇੱਕ ਥੋੜੀ ਜਿਹੀ ਝੁਕੀ ਹੋਈ ਇੱਕ ਬਜ਼ੁਰਗ ਜੀ ਔਰਤ ਦੀ ਤਸਵੀਰ ਬਣਾਉਂਦੇ ਹਾਂ। ਜੀ ਮਤਲਬ ਮੈਨੂੰ ਕਦੇ ਸਮਝ ਨਹੀਂ ਆਈ ਕਿ ਅਸੀਂ ਸਮਾਜ ਵਿੱਚੋਂ ਸੋਚ ਆਖਰ ਕਿੰਨੀਆਂ ਸਦੀਆਂ ਤੱਕ ਤੋਰੀ ਰੱਖਾਂਗੇ ਕਿ ਇੱਕ ਔਰਤ ਕਮਜ਼ੋਰ ਹੀ ਹੈ। ਜੀ ਉਸ ਬਿਲਕੁਲ ਵਰਗੀ ਤਕੜੀ ਔਰਤ ਵੀ ਵੇਖੋ ਨਾ, ਜੇ ਆਪਾਂ ਪਹਿਲੇ ਗੁਰੂ ਨਾਨਕ ਤੋਂ 10ਵੇਂ ਗੁਰੂ ਨਾਨਕ ਤੱਕ ਚੱਲੀਏ ਜੀ ਤਾਂ ਮੈਨੂੰ ਲੱਗਦਾ ਕਿ ਜੋ ਜਿਸ ਤਰੀਕੇ ਦਾ ਸਬਰ ਸੰਤੋਖ ਤੇ ਜਿਸ ਤਰੀਕੇ ਦਾ ਤਗੜਾ ਮਨ ਮਾਂ ਸੁਲੱਖਣੀ ਦਾ ਸੀ, ਮਾਂ ਗੁਜਰੀ ਉਹਨਾਂ ਤੋਂ ਸ਼ਾਇਦ 10 ਗੁਣਾ ਵੱਧ ਹੀ ਗਿਣ ਸਕਦੇ ਹਾਂ, ਜਿਨ੍ਹਾਂ ਦੇ ਅੰਦਾਜ਼ਾ ਲਾਓ ਕਿ 9 ਵਰਿਆਂ ਦਾ ਬਾਲ ਸੀ। ਜੀ ਤੇ ਫਿਰ ਪਤੀ ਦੀ ਜਿੱਥੇ ਨਾਲ ਉਹਨਾਂ ਦੀ ਸ਼ਹਾਦਤ ਬਾਰੇ ਪਤਾ ਲੱਗਣਾ, ਉਹਨਾਂ ਦੇ ਹੱਥ ਵਿੱਚ ਸੀਸ ਆਉਣਾ ਤੇ ਚੁਫੇਰੇ ਦੁਸ਼ਮਣ ਹੋਣੇ, ਜ਼ਰਾ ਅੰਦਾਜ਼ਾ ਤਾਂ ਲਾਓ ਕਿ ਕਿੰਨੀ ਉਸ ਸਮੇਂ ਕਰ ਸਕਦੀ ਸੀ ਉਹ ਮਾਂ ਕਿ ਮੇਰਾ 9 ਵਰਿਆਂ ਦਾ ਬਾਲ ਹੈ, ਦੁਸ਼ਮਣਾਂ ਦੇ ਵਿੱਚ ਮੇਰੇ ਤਾਂ ਚੁਫੇਰੇ ਸਾਰੇ ਫਿਰਦੇ ਨੇ ਤੇ ਪਹਿਲਾਂ ਵੀ ਸ਼ਹਾਦਤਾਂ ਦਾ ਤੇ ਢੇਰ ਲੱਗ ਗਿਆ, ਜੀ ਇਹਨੂੰ ਲੁਕਾ ਕੇ ਲੈ ਜਾ ਕਿਤੇ। ਜੀ ਉਸ ਮਾਂ ਦਾ ਜਿਗਰਾ ਆਪਾਂ ਸਮਝ ਰਹੇ ਹਾਂ ਕਿ ਦੁਸ਼ਮਣਾਂ ਦੇ ਬਾਵਜੂਦ ਤੇ ਪਤੀ ਨਾ ਹੋਣ ਦੇ ਬਾਵਜੂਦ 9 ਵਰਿਆਂ ਦੇ ਬਾਲ ਨੂੰ ਕਿੱਦਾਂ ਦਾ ਥਾਪੜਾ ਦਿੱਤਾ ਹੋਣਾ ਕਿ ਉਹਨਾਂ ਨੇ ਅੱਗੋਂ ਇੱਕ ਇਤਿਹਾਸ ਸਿਰਜ ਦੇਣਾ ਕਿ ਖਾਲਸਾ ਤੱਕ ਸਿਰਜ ਦੇਣਾ ਸੀ, ਉਸ ਮਾਂ ਨੂੰ ਕਿਉਂ ਕਮਜ਼ੋਰ ਗਿਣਦੇ? ਜੀ ਫਿਰ ਇੱਕ ਬਿਲਕੁਲ ਵਾਰ ਕਦੋਂ ਪਈ? ਦੂਜੀ ਵਾਰ ਜਦੋਂ ਅੰਦਰ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਭੁੱਖਿਆਂ ਭਾਣਿਆਂ ਜਿੱਥੇ ਕਿ ਲੋਕ ਉੱਥੇ ਅੰਦਰਲੇ ਵੀ ਦਰਖਤਾਂ ਦੀਆਂ ਛਿਲਤਰਾਂ ਲਾ ਕੇ ਖਾ ਰਹੇ ਸਨ, ਪਾਲ ਰਹੇ ਸਨ ਇਹ ਨਾਲ ਦੋ ਬਾਲ ਛੋਟੇ ਛੋਟੇ, ਉਦੋਂ ਵੀ ਉਹਨਾਂ ਨੂੰ ਕਿਸ ਤਰੀਕੇ ਦਾ ਇਹਨਾਂ ਨੇ ਬਹਾਦਰੀ ਨਾਲ ਭਰਿਆ ਹੋਣਾ ਵੀ ਕਾਕਾ ਭੁੱਖੇ ਵੀ ਰਹਿ ਕੇ ਕੀ ਹੁੰਦਾ, ਗੱਲ ਹੀ ਕੁਛ ਨਹੀਂ, ਪਿਆਸੇ ਵੀ ਭੁੱਖੇ ਵੀ। ਤੇ ਉਹ ਉਹਨੂੰ ਬਜ਼ੁਰਗ ਔਰਤ ਅਸੀਂ ਗਿਣਦੇ ਹਾਂ, ਕਮਜ਼ੋਰ ਗਿਣਦੇ ਹਾਂ ਵੀ ਉਹਦੇ ਵਿੱਚ ਵੀ ਇੱਕ ਜੋਸ਼ ਭਰਨ ਲਈ ਜਾਂ ਜਿਸ ਤਰੀਕੇ ਦਾ ਮਾਹੌਲ ਸਿਰਜਿਆ ਸਮਝ ਆ ਸਕਦੀ ਹੈ। ਫਿਰ ਉਸ ਤੋਂ ਬਾਅਦ ਜ਼ਰਾ ਅੰਦਾਜ਼ਾ ਤਾਂ ਲਾਓ ਸਾਡੀਆਂ ਵੀ ਘਰਾਂ 'ਚ ਦਾਦੀਆਂ ਨੇ, ਉਹ ਕਹਿ ਸਕਦੀਆਂ ਨੇ ਆਪਣੇ ਨਿੱਕੇ ਨਿੱਕੇ 7 ਤੇ 6 ਵਰਿਆਂ ਦਾ ਜਾਂ 9 ਵਰਿਆਂ ਦੇ ਬਾਲ ਨੂੰ ਇਹ ਕਹਿ ਦੇਣਾ ਵੀ ਹਾਂਜੀ ਜਾਓ ਕੁਰਬਾਨ ਹੋ ਜਾਓ। ਹਰ ਇੱਕ ਦਾ ਚਿੱਤ ਕਰਦਾ ਵੀ ਸਾਡਾ ਨਾਮ ਦੇਵਾ ਅੱਗੇ ਹੋਵੇ, ਸਾਡਾ ਨਾਮ ਤੁਰੇ, ਅਸੀਂ ਇਹੋ ਜਿਹੀ ਗੱਲ ਹੀ ਕਰਦੇ ਹਾਂ। ਜੀ ਜੀ ਤੇ ਜ਼ਰਾ ਬਿਲਕੁਲ ਅੰਦਾਜ਼ਾ ਲਾਈਏ ਵੀ ਉਸ ਠੰਡੇ ਬੁਰਜ ਵਿੱਚ ਜਿੱਥੇ ਸਰਸਾ ਨਦੀ ਲੰਘਣ ਤੋਂ ਬਾਅਦ ਭੁੱਖੇ ਧਿਆਏ ਸਾਰੇ ਉਹ ਬੈਠੇ ਠੰਡ ਦੇ ਵਿੱਚ, ਤੇ ਉਹ ਉਸ ਸਮੇਂ ਵੀ ਉਹ ਔਰਤ ਕਮਜ਼ੋਰ ਨਹੀਂ ਸੀ ਜਿਹਨੂੰ ਅਸੀਂ ਤਸਵੀਰਾਂ 'ਚ ਦਿਖਾ ਦਿੰਦੇ ਹਾਂ ਕਿ ਸਿਰ ਝੁਕਿਆ ਨੀਵੀਂ ਪਈ ਔਰਤ, ਬਲਕਿ ਉਹਨੂੰ ਤਾਂ ਇੱਕ ਬੁਲੰਦ ਸ਼ਖਸੀਅਤ ਦਿਖਾਉਣਾ ਚਾਹੀਦਾ ਕਿਉਂਕਿ ਉਹਨੇ ਉਸ ਸਮੇਂ ਵੀ ਇਹ ਜਿਗਰਾ ਰੱਖਿਆ ਕਿ ਬੱਚਿਓ ਤੁਹਾਡੇ ਸਿਰ ਤੇ ਕਰਜ਼ ਹੈ।
जी बिल्कुल फंडे तुहाडे सिर, क्योंकि तुहाडे दादे दी तुहाडे वड्डे वीरां दी ये सारे दा सारा जो तुसी पिछोकड़ सी साडा माण मत्ता इतिहास अगां तोरना जे ते खबरदार जे कदे भी सिर झुका दिता है अणख नाल सिर रहना चाहिए, जी कटा दे बिल्कुल ओ सिर पर सिर झुकाउणा नहीं, इहो जी जिहा दमदार सुनेहा देना कि ओ बच्चे थिड़कन ना, नहीं तां 6 वरिया दे बाल साडे घरां च ने वेखिए तां सही नेरे च जांदे ते रहिंदे ने, ते ओ जी 6 वरिया बिल्कुल दा बाल जिहदे अगे तलवारां लहराइयां जा रहियां हुण मारन दे ओहदे सामने पूरे शिकंजे कसे जा रहे होण, जिन्हां नूं पत्थर तक मारे गए होण, नीहां च चिणे गए होण, इक वार ना कुसकण कि जी सानूं क्षमा कर दिओ या असीं जाणा, या इक रोणा भी उहनां दे मुंह ते या शिकन भी आई होवे, बिल्कुल ओह खुश होण ते बुलंद आवाज नाल जाण जयकारे छड्ड दे। ये सारे दा सारा जोश भरन वाली उही मां सी, ओह बिल्कुल मां बिल्कुल सी जिन्हें पूरी जिंदगी इस तरीके दे औखियाई कट्टण दे बाद भी कितने भी ढिल नहीं आन दी मनोबल के अंदर, भला उन्होंने कमजोर विखा सकते हैं। ये जी साड़ी सोचनी है कि असी औरत नू सिर्फ ते सिर्फ ये सोच लिया कि इन्हें सेवा ही करनी है, लंगर ही जी चुकाना है, ते बस इस तो अगह है ही नहीं, पर जो मानसिक ताकत उस साढ़े पहले गुरु नानक तो 10वें गुरु नानक तक जो औरत का रोल, मैं हाथ जोड़ के खिमा ही मंगदी हाँ, क्योंकि मैनू मैं माड़े शब्द नहीं बोलना चाहती, पर इतिहासकारा ने बड़ी बेदर्दी नाल औरत दा ए पूरा रोल मनफी कर दिता है, जी जिथे असी उन्हां जम्मण जिहड़ियां ने अगों जिन्हां दियां कुखां चों बादशाह जमणे ने, कुखां चों गुरु पीर पैगंबर जमणे ने, उन्हां नू उदों भी ते अज भी असी निरादर ही उन्हां दा कीता है, वो रुतबा असी नहीं दे सके जो गुरु नानक साहिब ने औरत नू दिता सी। जी जी डॉक्टर साहब, तुसी बहुत बाखूबी नाल बयान किया। पहला ते मैं तुहाडा जिहड़ी तुसी माता गुजरी वाली गल कीती है, माता गुजर कौर वाली गल कीती है, उहदे बारे असी इस गल तों ही सिंगनाथ टीवी तों या बहुत सारे अदारियां तों इस करके ही जिहड़ा है तस्वीरां दा विरोध किया जाता है कि तुसी जिहड़ी तस्वीरकार आए जिहड़ा चित्रकार है उन्हें अपने मन दी स्थिति दे नाल वो चित्र बना देना है। तुसी जिस चित्रकार नूं लग्या कि दादी है, कमजोर है, बुढ़ी है, चुकी हुई झुरड़ियां पईयां, उन्हें उस हिसाब दे नाल चित्र काट दिता, पर उहदी जिहड़ा जिहड़ी उहदी शख्सियत जिहड़ी उह बिल्कुल ही उहदे तों वक्खरी सी। जिवें तुसी जिक्र कीता कि उहदा मानसिक पद्धर, शरीरक पद्धर तों वी उह किन्ने तगड़े होणगे जिहड़े सरसां दी चो लंघ के गंगू दे घर रहि के फिर उह ठंडे बुरज विच इन्नियां रातां कटदे ने, शरीर पक्खों भी तगड़े होणगे, ते इक चित्रकार उहनां नूं कमजोर जिहा चित्र दिंदा है। तो इस करके मैनूं लगदा कि सानूं आम जिहड़े लोक ने, जनता ने, सा इहनां नूं ही जिहड़ियां मनोघड़त तस्वीरां ने उहनां दा विरोध करना चाहीदा, या उहनां नूं इन्ना प्रमोट नहीं करना चाहीदा कि असीं अपने घरां दे विच वी फिर आने वाली पीढ़ी दे विच उहनां दे जिहड़े तसव्वुर है उह उहो जिहे ही होणगे कि माता इस तरह की बुढ़ी सी ते इदां वो डिग पई। इस बिल्कुल क्योंकि करके हांजी बिल्कुल मैं तुहाडे नाल सहमत हाँ, क्योंकि उत्थे असीं जिन्नियां भी थावां ते देखो भावें ढाडी वारां होण या जिन्ने भी असीं इतिहास दे विच लिखे किस्से पढ़ लईए या उहनां बारे कीती गल्लां जिन्नियां भी असीं भावें यूट्यूब ते लभीए, असीं सिर्फ इक इही दिखाने आ, वो कमजोर बजुर्ग हड्डियां ठंडी जिहड़ी उस समें दी हवा सी ते भुख नूं झल नहीं सकियां, ओ जी पई ओ झल इस तो वध की कोई सकदा है कि अखीरी साह तक बुलंदी नाल डटिया रवे, इन्ना सुनेहा देना एडे तगड़े तरीके कि ओ बाल हिलण भी ना, कि जी नहीं जुलम सह जाण बाद मौत नू गले लाउंदिया भी हस के तुर जाण, ओ मां कदे ओ दादी कदे कमजोर हो सकदी है। जी बिल्कुल भी जिहड़ियां तस्वीरां ने माता गुजरी दियां बनाईयां जांदियां ओह जस्टिफाई नहीं करदियां उहनां दी शख्सियत नूं कि ओह इस तरह दे सी, जां उहनां दे चेहरे दे जिहड़े भाव दिखाए जांदे ने ओह वी इन्ने स्ट्रोंग नहीं दिखाए जांदे चित्रकार वल्लों कि किस तरीके दी औरत सीगी। ते माता सुलक्खणी बारे तुसी अज जो भी बयान कीता है वाह कमाल, बहुत खूब कि तुसी चेते करवाया है एक बारी फिर तो कि किस तरीके दे नाल जे घर दे विचों सपोर्ट ना मिले
ਤੇ ਬੰਦਾ ਬਾਹਰ ਜਾ ਕੇ ਵੀ ਕੰਮ ਨਹੀਂ ਕਰ ਸਕਦਾ, ਬਾਹਰ ਵੀ ਉਹਦਾ ਜਿਹੜਾ ਮਾਨਸਿਕ ਤਣਾਅ ਹੈ ਉਹਨੂੰ ਉਹ ਕੰਮ ਸਹੀ ਤਰੀਕੇ ਦੇ ਨਾਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਉਹ ਕੋਲ ਗਲਤੀਆਂ ਹੋਣਗੀਆਂ ਜਾਂ ਧਿਆਨ ਭਟਕਦਾ ਰਹੇਗਾ ਜਾਂ ਕੰਮ ਗਲਤ ਹੋਣਗੇ, ਪਰ ਘਰੋਂ ਬਾਬਾ ਨਾਨਕ ਨੂੰ ਗੁਰੂ ਨਾਨਕ ਨੂੰ ਸਪੋਰਟ ਮਿਲੀ ਭੈਣ ਵੱਲੋਂ, ਮਾਂ ਵੱਲੋਂ, ਪਤਨੀ ਵੱਲੋਂ, ਤਾਂ ਹੀ ਉਹ ਇੰਨੇ ਖੁੱਲ ਕੇ ਵਿਚਰ ਸਕੇ। ਤੇ ਅਸੀਂ ਸਿੰਘਨਾਥ ਟੀਵੀ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਜਦੋਂ ਸ਼ੁਰੂ ਕੀਤਾ ਗਿਆ, ਇੱਕ ਪ੍ਰੋਗਰਾਮ ਕੀਤਾ ਗਿਆ ਸੀ ਵੂਮੈਨ ਇੰਪਾਵਰਮੈਂਟ ਦੇ ਨਾਂ ਤੇ। ਬੀਬੀ ਜਸਬੀਰ ਕੌਰ ਹੋਣਾ ਨੇ ਉਦੋਂ ਜਿੰਨੀਆਂ ਵੀ ਬਹਾਦਰ ਇਸਤਰੀਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਸੀ, ਤੇ ਅੱਜ ਤੁਸੀਂ ਫਿਰ ਉਸ ਨੂੰ ਰਿਵਾਈਵ ਕੀਤਾ, ਮੁੜ ਕੇ ਸੁਰਜੀਤ ਕੀਤਾ, ਚੇਤੇ ਚ ਲਿਆਉਂਦਾ ਹੈ ਕਿ ਉਸ ਵੇਲੇ ਵੀ ਉਹਨਾਂ ਨੇ ਵੀ ਇਹੀ ਆਖਿਆ। ਤੁਸੀਂ ਵੀ ਉਹੀ ਕਹਿ ਰਹੇ ਹਾਂ ਕਿ ਜੇ ਮਾਤਾ ਸੁਲੱਖਣੀ ਮਾਨਸਿਕ ਪੱਧਰ ਤੋਂ ਇੰਨੀ ਸਟਰੋਂਗ ਨਾ ਹੁੰਦੀ, ਘਰ ਬਾਰ ਨਾ ਸਾਂਭਦੀ, ਤੇ ਬੜਾ ਮੁਸ਼ਕਲਾਂ ਖੜੀਆਂ ਹੋ ਜਾਣੀਆਂ ਸੀਗੀਆਂ ਚਾਰ ਉਦਾਸੀਆਂ ਵੇਲੇ ਕਿ ਕਿਸ ਤਰੀਕੇ ਦੇ ਨਾਲ ਸਮਾਜ ਸੁਧਾਰ ਦੀ ਗੱਲ ਕਰ ਸਕਣੀ, ਜਾਂ ਆਪਣੇ ਵਿਆਹ ਤੋਂ ਹੀ ਸ਼ੁਰੂ ਹੋ ਜਾਣਾ ਕਿ ਮੈਂ ਤੁਹਾਡੇ ਨਾਲ ਹਾਂ, ਵਿਆਹ ਸਾਦਾ ਕਰਨਾ ਹੈ ਤੇ ਅਸੀਂ ਕੁਛ ਇਸ ਤਰ੍ਹਾਂ ਦਾ ਜਿਹੜਾ ਵਿਖਾਵਾ ਨਹੀਂ ਕਰਨਾ ਉਹਦੇ ਤੋਂ। ਤੇ ਇੱਕ ਗੱਲ ਮੈਂ ਹੋਰ ਐਡ ਕਰਾਂ ਕਿ ਜਿਹੜੀ ਮੈਂ ਪੜ੍ਹੀ ਸੀ ਕਿਸੇ ਇੰਗਲਿਸ਼ ਰਾਈਟਰ ਦੀ, ਜੌਨ ਡਨ ਦੀ ਇੱਕ ਪੋਇਮ ਦੀ ਹੈ ਸ਼ਾਇਦ, ਜਿਹਦੇ ਵਿੱਚ ਜ਼ਿਕਰ ਕਰਦਾ ਹੈ ਕਿ ਹਸਬੈਂਡ ਵਾਈਫ ਜਿਹੜੇ ਨੇ ਉਹ ਇੱਕ ਪ੍ਰਕਾਰ ਦੇ ਦੋ ਸਿਰਿਆਂ ਦੇ ਵਾਂਗ ਹੈ। ਜਿਹੜਾ ਮੇਲ ਪਾਰਟ ਹੈ, ਜਿਹੜਾ ਪਤੀ ਹੈ, ਉਹ ਪੈਨਸਲ ਵਾਲਾ ਹਿੱਸਾ ਹੈ, ਤੇ ਜਿਹੜਾ ਫੀਮੇਲ ਹੈ ਉਹ ਇੱਕ ਪੁਆਇੰਟਿਡ ਪਾਰਟ ਹੈ। ਜੇ ਫੀਮੇਲ ਪਾਰਟ ਜਿਹੜਾ ਹੈ, ਜਿਹੜਾ ਪੁਆਇੰਟਿਡ ਹਿੱਸਾ, ਆਪਣੀ ਜਗ੍ਹਾ ਤੇ ਸਥਿਰ ਰਹਿੰਦਾ ਹੈ, ਤੇ ਤਾਂ ਹੀ ਜਿਹੜਾ ਪੈਨਸਲ ਵਾਲਾ ਹਿੱਸਾ ਸਰਕਲ ਪੂਰਾ ਕਰ ਸਕਦਾ। ਸੋ ਅਸੀਂ ਮਾਤਾ ਸੁਲੱਖਣੀ ਨੂੰ ਉਹ ਪੈਨਸਲ ਦੇ ਉਸ ਪੁਆਇੰਟਿਡ ਧੁਰੇ ਦੇ ਵਾਂਗੂ ਗਿਣਦੇ ਹਾਂ। ਜੇ ਉਹ ਆਪਣੇ ਘਰ ਸਥਿਰ ਰਹੇ, ਤਾਂ ਹੀ ਬਾਬੇ ਨਾਨਕ ਦੀਆਂ ਜਿਹੜੀਆਂ ਉਦਾਸੀਆਂ ਵਾਲਾ ਜਿਹੜਾ ਘੇਰਾ ਹੈ, ਸਰਕਲ ਹੈ, ਉਹ ਪੂਰਾ ਹੋ ਸਕਿਆ। ਤੋ ਸਾਡਾ ਸਿਜਦਾ ਹੈ ਏਡੀ ਬਹਾਦਰ ਇਸਤਰੀ ਨੂੰ ਕਿ ਤੁਸੀਂ ਘਰ ਸਾਂਭਣਾ, ਪਰਿਵਾਰ ਸਾਂਭਣਾ, ਤੇ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ, ਤੇ ਮਹਾਨ ਸ਼ਬਦ ਨਹੀਂ ਆ ਜਿਹੜੇ ਉਹਨਾਂ ਦੀ ਸ਼ਖਸੀਅਤ ਦਾ ਮੁਕਾਬਲਾ ਕਰ ਸਕਣ। ਹਾਂਜੀ, ਖੇਤ ਚ ਜਾਣਾ ਉਹਨਾਂ ਸਮਿਆਂ ਚ, ਤੇ ਫਿਰ ਲੰਗਰ ਤੱਕ ਲਾ ਦੇਣੇ, ਵਾਹ ਕਮਾਲ, ਸਿਜਦਾ ਹੀ ਕਰ ਸਕਦੇ ਹਾਂ ਇਹੋ ਜਿਹੀ ਸ਼ਖਸੀਅਤ ਨੂੰ, ਕਿਉਂਕਿ ਜਾਤ ਪਾਤ ਦੇ ਵਿਰੁੱਧ ਜਿਹੜੀ ਪਹਿਲੀ ਆਵਾਜ਼ ਤਗੜੀ ਅਸੀਂ ਗਿਣ ਸਕਦੇ ਹਾਂ ਸਪੋਰਟ ਵਿੱਚ ਨਿਕਲੀ ਜੋ ਗੁਰੂ ਸਾਹਿਬ ਦੇ, ਉਹ ਮਾਂ ਸੁਲੱਖਣੀ ਵੱਲੋਂ ਹੀ ਸੀ ਜੀ। ਤੇ ਅਸੀਂ ਜੇ ਗੁਰੂ ਨਾਨਕ ਦੀ ਗੱਲ ਕਰਦੇ ਹਾਂ, ਜੇ ਉਹਨਾਂ ਨੇ ਲਿਖਿਆ ਇਹ ਔਰਤ ਨੂੰ ਬਰਾਬਰੀ ਦੇਣੀ ਹੈ, ਤੇ ਉਹਨਾਂ ਨੇ ਦਿੱਤੀ ਵੀ ਹੈ ਕਿ ਜੇ ਮੈਂ ਬਾਹਰ ਆ ਤੇ ਤੂੰ ਵੀ ਬਰਾਬਰ ਦਾ ਹਿੱਸਾ ਹੈ, ਤੂੰ ਮੇਰੇ ਨਾਲ ਬਰਾਬਰ ਖੜੀ ਹੋ ਕੇ ਤੂੰ ਘਰ ਸਾਹਮਣਾ ਹੈ। ਇਹ ਸਿਰਫ ਤੇ ਸਿਰਫ ਜਿਹੜੀ ਹੈ ਮਰਦ ਪ੍ਰਧਾਨ ਸਮਾਜ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਘਰ ਇਕੱਲਾ ਮਰਦ ਹੀ ਸਾਂਭ ਸਕਦੇ ਨੇ। ਉਸ ਵੇਲੇ ਵੀ ਬਾਬਾ ਨਾਨਕ ਨੇ ਪੂਰੇ ਹੱਕ ਜਿਹੜੇ ਬੀਬੇ ਮਾਤਾ ਸੁਲੱਖਣੀ ਨੂੰ ਦਿੱਤੇ ਕਿ ਉਹ ਘਰ ਸਾਂਭ ਸਕਦੀ ਹੈ, ਬੱਚਿਆਂ ਦੀ ਦੇਖਭਾਲ ਕਰ ਸਕਦੀ ਹੈ। ਇੰਨਾ ਵਿਸ਼ਵਾਸ ਉਹਨਾਂ ਨੇ ਕੀਤਾ ਤੇ ਉਹਨਾਂ ਨੇ ਉਸ ਵਿਸ਼ਵਾਸ ਦੇ ਉੱਤੇ ਉਹ ਪੂਰੇ ਉਤਰੇ। ਹਾਂਜੀ ਬਿਲਕੁਲ ਭੈਣ ਜੀ, ਪਰ ਜਾਂਦੇ ਜਾਂਦੇ ਸਵਾਲ ਇੱਕ ਬਹੁਤ ਇੰਪੋਰਟੈਂਟ ਹੈ ਸਾਡੇ ਸੁਣਨ ਵਾਲਿਆਂ ਨੂੰ, ਕਿਉਂਕਿ ਇਸ ਧਰਮ ਨੂੰ ਮੰਨਣ ਵਾਲਿਆਂ ਦੇ ਵਿੱਚ ਅੱਜ ਵੀ ਹੈ ਕਿ ਔਰਤ ਨੂੰ ਇੰਨੀ ਆਜ਼ਾਦੀ ਨਹੀਂ ਕਿ ਉਹ ਕੰਮ ਕਾਰ ਲਈ ਨਿਕਲ ਸਕੇ। ਜ਼ਰੂਰ ਨਿਕਲ ਰਹੀਆਂ ਨੇ ਜੋ ਦਿਸਦੀਆਂ ਨੇ, ਜੀ, ਪਰ ਬਹੁਤ ਸਾਰੀਆਂ ਨੇ ਜਿਨ੍ਹਾਂ ਨੂੰ ਘਰ ਦੇ ਵਿੱਚ ਅਜੇ ਵੀ ਕੈਦ ਨੇ, ਤੇ ਜਿਨ੍ਹਾਂ ਤੇ ਸਪਸ਼ਟ ਰੂਪ ਵਿੱਚ ਮਨਾਹੀ ਹੈ ਕਿ ਤੁਸੀਂ ਕੰਮ ਕਾਰ ਲਈ ਘਰੋਂ ਨਹੀਂ ਨਿਕਲਣਾ। ਸੋ ਇਹ ਜੇ ਅਸੀਂ ਅੱਜ ਵੀ ਇੰਨੇ ਸਦੀਆਂ ਬਾਅਦ, 550 ਸਾਲ ਬਾਅਦ ਵੀ ਇਹੋ ਕੁਝ ਹੀ ਸੁਣਨਾ ਹੈ, ਤਾਂ ਫਿਰ ਸਾਡੇ ਮਨਾਂ ਵਿੱਚ ਤਬਦੀਲੀ ਤਾਂ ਨਾ ਆਈ। ਅਸੀਂ ਤਾਂ ਸਹੀ ਕਹਿੰਦੇ ਹੋ ਕਿ ਉਹੀ ਬਸ ਫੋਟੋਆਂ ਲਾ ਲਈਆਂ, ਮੱਥੇ ਟੇਕ ਲਏ, ਧੂਫਾਂ ਬਾਲ ਲਈਆਂ, ਪਰ ਅਸੀਂ ਮਨ ਵਿੱਚ ਸਹੀ ਮਾਇਨਿਆਂ 'ਚ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜ਼ਿੰਦਗੀ ਦਾ ਜੋ ਨਿਚੋੜ ਹੈ, ਜੋ ਜ਼ਿੰਦਗੀ ਜਿਉਣ ਦਾ ਢੰਗ ਹੈ, ਜਾਂ ਜੋ ਸੁਨੇਹਾ ਦਿੱਤਾ ਗਿਆ ਸੀ, ਉਹਨੂੰ ਅਸੀਂ ਸਹੀ ਮਾਇਨਿਆਂ ਵਿੱਚ ਅਪਣਾਇਆ ਨਹੀਂ, ਸਿੱਖਿਆ ਨਹੀਂ। ਜੀ ਜੀ, ਬਹੁਤ ਖੂਬ। ਅੱਜ ਦਾ ਜਿਹੜਾ ਵਿਸ਼ਾ ਬਹੁਤ ਹੀ ਜਿਹੜਾ ਅਹਿਮ ਵਿਸ਼ਾ ਸੀ, ਇਹ ਆਉਣ ਵਾਲੇ ਜਿਹੜੇ ਬੱਚੇ ਨੇ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਣਗੇ ਜਾਂ ਹੋਰ ਵੀ ਜਿੰਨੇ ਵੀ ਦੇਖਣਾ, ਉਹਨਾਂ ਸਾਰਿਆਂ ਤੱਕ ਗੁਜ਼ਾਰਿਸ਼ ਹੈ ਕਿ ਜੇ ਤੁਹਾਨੂੰ ਕਿਤੋਂ ਹੋਰ ਕੋਈ ਇਤਿਹਾਸਿਕ ਸਰੋਤ ਮਿਲਦੇ ਨੇ ਤੇ ਤੁਸੀਂ ਜ਼ਰੂਰ ਉਹਨਾਂ ਤੇ ਰਿਸਰਚ ਕਰੋ, ਉਹਨਾਂ ਨੂੰ, ਉਹਨਾਂ ਦੇ ਪੱਖ ਨੂੰ ਸਮਝੋ, ਜਿੱਥੋਂ ਤੱਕ ਤੁਹਾਡੀ ਪਹੁੰਚ ਬਣਦੀ ਹੈ ਉਹਨਾਂ ਨੂੰ ਛਪਾਓ, ਉਹਨਾਂ ਦੇ ਉੱਤੇ ਵੀਡੀਓ ਬਣਾ ਕੇ ਜਾਂ ਉਹਨਾਂ ਦੇ ਬਾਰੇ ਗੱਲਬਾਤ ਕਰਕੇ ਤੁਸੀਂ ਜ਼ਰੂਰ ਆਉਣ ਵਾਲੀ ਪੀੜ੍ਹੀ ਦੇ ਲਈ ਇੱਕ ਰਿਸੋਰਸਿਸ ਜਿਹੜੇ ਹੈ ਉਹ ਇਸ ਤਰੀਕੇ ਦੇ ਨਾਲ ਤਿਆਰ ਹੋ ਸਕਦੇ ਨੇ ਕਿ ਸਾਡੇ ਬੱਚੇ ਜਿਹੜੇ ਹੈ
ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਪੱਖ ਨੂੰ ਸਮਝਣ ਦੀ ਲੋੜ ਹੈ, ਤੇ ਉਹਨਾਂ ਦੇ ਕੋਲ ਕੁਛ ਨਾ ਕੁਛ ਕੋਈ ਸਾਧਨ ਹੋਵੇ ਜਿੱਥੋਂ ਉਹ ਦੇਖ ਸਕਣ। ਹਾਂਜੀ, ਅਖੀਰ ਦੇ ਵਿੱਚ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਤੇ? ਹਾਂਜੀ ਬਿਲਕੁਲ, ਮੈਂ ਇਹੋ ਕਹਿਣਾ ਚਾਹਾਂਗੀ ਕਿ ਅਸੀਂ ਬੰਦਸ਼ਾਂ ਬੇਟੀਆਂ ਤੇ ਉਹਨਾਂ ਸਮਿਆਂ ਵਿੱਚ ਵੀ ਲਾਈਆਂ, ਬੰਦਸ਼ਾਂ ਬੇਟੀਆਂ ਤੇ ਹੁਣ ਵੀ ਲਾ ਰਹੇ ਹਾਂ। ਉੱਚੀ ਉਡਾਨ ਭਰਨ ਦੀ ਜੇ ਖੁੱਲ ਦੇ ਦਈਏ ਤਾਂ ਜੇ ਉਹਨਾਂ ਸਮਿਆਂ ਵਿੱਚ ਸਾਡੀਆਂ ਨਾਬਾਲਗ ਧੀਆਂ ਪਹਾੜੀ ਰਾਜਿਆਂ ਵਿਰੁੱਧ ਜੰਗ ਜਿੱਤਣ ਵਿੱਚ ਮਦਦ ਕਰ ਸਕਦੀਆਂ ਸੀ, ਤਾਂ ਅੱਜ ਵੀ ਉਹਨਾਂ ਦੇ ਖਿਡੌਣੇ ਅਸੀਂ ਝਾਂਜਰਾਂ ਜਾਂ ਜ਼ੇਵਰਾਂ ਨਾਲ ਨਾ ਬਣਾਈਏ, ਬਲਕਿ ਉਹਨਾਂ ਦੇ ਹੱਥ ਵਿੱਚ ਉਸੇ ਤਰ੍ਹਾਂ ਤਲਵਾਰਾਂ ਫੜਾਈਏ, ਉਸੇ ਤਰ੍ਹਾਂ ਹੀ ਉਹਨਾਂ ਨੂੰ ਸਵੈ ਰੱਖਿਆ ਤੇ ਦੂਜਿਆਂ ਦੀ ਰਾਖੀ ਕਰਨ ਵਾਸਤੇ ਬਹੁਤ ਸਾਡੇ ਕੋਲ ਨੇ, ਜੂਡੋ ਨੇ, ਕਰਾਟੇ ਨੇ, ਆਪਣਾ ਇਤਿਹਾਸ ਹੀ ਦੇਖ ਲਈਏ ਕਿੰਨਾ ਕੁਛ ਸਰੀਰਕ ਪੱਖੋਂ ਬੇਟੀਆਂ ਨੂੰ ਤਗੜਾ ਕਰਨ ਦੀ ਲੋੜ ਹੈ ਤੇ ਮਾਨਸਿਕ ਪੱਖੋਂ ਵੀ ਇੱਕ ਸਪੋਰਟ ਸਿਸਟਮ ਪੂਰੇ ਦਾ ਪੂਰਾ ਤਿਆਰ ਕਰਨ ਦੀ ਲੋੜ ਹੈ, ਤਾਂ ਕਿ ਇਹਨਾਂ ਨੂੰ ਵਿਚਾਰੀਆਂ ਨਾ ਕਿਹਾ ਜਾਵੇ, ਸ਼ਹਿ ਨਾ ਕਿਹਾ ਜਾਵੇ ਕਿ ਹਾਏ ਧੀ ਵਿਚਾਰੀ ਛੱਡ ਦਈਏ, ਇਹ ਲਾਚਾਰ ਕਹਿਣਾ, ਉਹ ਤਾਂ ਅਰਧਾਂਗਣੀ ਹੈ। ਕੌਣ ਇਹ ਕਹਿਣ ਵਾਲਾ ਕਿ ਅੱਧੇ ਅੰਗਾਂ ਵਾਲੀ, ਅਰਧਾਂਗਣੀ ਯਾਨੀ ਅੱਧੇ ਅੰਗਾਂ ਵਾਲੀ ਕਿਉਂ, ਇਹ ਸੰਪੂਰਨ ਹੈ। ਸੋ ਇਹ ਸੋਚ ਸਾਡੇ ਮਨਾਂ ਵਿੱਚੋਂ ਹੁਣ ਇੰਨੇ ਸਾਲਾਂ ਬਾਅਦ 21ਵੀਂ ਸਦੀ ਵਿੱਚ ਜ਼ਰੂਰ ਛੰਡ ਦੇਣੀ ਚਾਹੀਦੀ ਹੈ। ਔਰਤ ਜ਼ਰੂਰ ਸਹੀ ਮਾਇਨਿਆਂ ਵਿੱਚ ਇੱਕ ਬਰਾਬਰੀ ਦੇ ਹੱਕਦਾਰ ਤਾਂ ਹੈ ਹੀ, ਬਲਕਿ ਗੁਰੂ ਸਾਹਿਬ ਨੇ ਤਾਂ ਇੱਕ ਸਟੈਪ ਤਾਂ ਹੀ ਰੱਖਿਆ ਸੀ, ਉਹ ਛੱਡ ਦਿਓ ਤਾਂ ਨੂੰ ਸਾਨੂੰ ਬਰਾਬਰੀ ਹੋਈ ਦੇ ਦਿਓ। ਮੈਂ ਤਾਂ ਇਹੀ ਗਿਣਦੀ ਹਾਂ ਕਿ ਸਿਰਫ ਚੋਟੀ ਦੀਆਂ ਸਿਖਰਾਂ ਤੇ ਗਈਆਂ ਕੁਝ ਕੁ ਔਰਤਾਂ ਨੂੰ ਵੇਖ ਕੇ ਨਾ ਸੋਚੀਏ ਕਿ ਔਰਤ ਆਜ਼ਾਦ ਹੋ ਗਈ ਹੈ। ਅੱਜ ਵੀ ਸ਼ਾਮ ਨੂੰ ਨਿਕਲਦਿਆਂ ਤਰਹਿੰਦੀ ਹੈ ਜੇ ਔਰਤ, ਤਾਂ ਕਸੂਰ ਕਿਤੇ ਨਾ ਕਿਤੇ ਸਾਡਾ ਆਪਣਾ ਹੀ ਹੈ। ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਜਿਹੜੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਜ਼ਰੂਰ ਸਮਾਜ ਨੂੰ, ਮਨੁੱਖ ਨੂੰ, ਮੈਂ ਇਹ ਕਹਾਂਗੀ ਜਿਹੜਾ ਆਮ ਪੱਧਰ ਤੇ ਜਿੰਦਾ ਬੰਦਾ ਹੈ, ਜਿਹੜਾ ਉੱਪਰਲੇ ਜਿਹੜੇ ਅਮੀਰ ਲੋਕੀ ਨੇ, ਜਿਹੜੇ ਪੈਸੇ ਵਾਲੇ ਨੇ, ਆਪਾਂ ਅਪਰ ਕਲਾਸ ਜਿਹਨੂੰ ਕਹਿ ਲੈਂਦੇ ਹਾਂ, ਉਹਨਾਂ ਦੇ ਵਿੱਚ ਤੇ ਸ਼ਾਇਦ ਆਜ਼ਾਦੀ ਮਿਲ ਜਾਂਦੀ ਹੈ, ਪਰ ਜਿਹੜੀ ਮਿਡਲ ਕਲਾਸ ਤੇ ਲੋਅਰ ਕਲਾਸ ਦੇ ਵਿੱਚ ਜਿਹੜੀ ਇਹ ਆਜ਼ਾਦੀ ਮਿਲਣੀ ਬਹੁਤ ਔਖੀ ਹੈ, ਤੇ ਉਸ ਕਲਾਸ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਬਾਹਰ ਨਿਕਲ ਕੇ ਉਹਨੂੰ ਬਰਾਬਰੀ ਦਾ ਜਿਹੜਾ ਦਰਜਾ ਦਈਏ, ਤਾਂ ਜੋ ਉਹ ਵੀ ਜਿਹੜਾ ਹੈ ਇੱਕ ਖੁੱਲੇ ਅਸਮਾਨ ਦੇ ਵਿੱਚ ਖੰਭਾਂ ਦੇ ਨਾਲ ਉਡਾਰੀ ਲਾ ਸਕੇ ਤੇ ਆਪਣੇ ਸੁਪਨੇ ਪੂਰੇ ਕਰ ਸਕੇ ਤੇ ਸੋਹਣਾ ਸਮਾਜ ਸਿਰਜ ਸਕੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਦਰਸ਼ਕਾਂ ਨੂੰ ਕੋਲੋਂ ਇਜਾਜ਼ਤ ਲੈਂਦੇ ਹਾਂ, ਸਾਰਿਆਂ ਦਾ ਰੱਬ ਰੱਖਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਡਾਕਟਰ ਸਾਹਿਬ ਦੇ ਨਾਲ ਇੱਕ ਹੋਰ ਸ਼ਖਸੀਅਤ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ। ਤਦ ਤੱਕ ਲਈ ਸਾਰਿਆਂ ਦਾ ਹੀ ਰੱਬ ਰੱਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ।